ਵਾਹਿ ਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੂਰਠ ਮਹਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕ੍ਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕ੍ਰਿਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨਦਿਨ ਸੁਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਪਹੇ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿੜਾਇਆ ਹੋਏ ਪਾਪ ਪਹੇ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿੜਾਇਆ ਹੋਏ ਪਾਪ ਪਹੇ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਚੜ੍ਹਦੀ ਸਵੇਰ ਸਾਨੂੰ ਸਤਸੰਗਤ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਵਡਭਾਗੀ ਹਾਂ ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਆਸਾ ਕੀ ਵਾਰ ਦੇ ਰੂਪ ਵਿੱਚ ਸੰਪੂਰਨ ਹੋਇਆ ਹੈ ਹੁਣ ਸਮਾਂ ਬਣਿਆ ਹੈ ਜੋ ਅੱਜ ਦੇ ਗੁਰਵਾਕ ਗੁਰਹੁਕਮ ਸਾਨੂੰ ਪ੍ਰਭਾਤ ਸਮੇਂ ਗੁਰਸਰੂਪ ਪ੍ਰਕਾਸ਼ਿਤ ਹੁੰਦਿਆਂ ਤਾਮੀਰ ਹੋਏ ਨੇ ਉਹਨਾਂ ਦੀ ਵਿਆਖਿਆ ਨਾਲ ਸਾਂਝ ਪਾਈਏ ਆਪ ਜੀ ਨੇ ਪਾਵਨ ਸ਼ਬਦਾਂ ਦਾ ਪਾਠ ਸਰਵਣ ਕੀਤਾ ਹੈ ਇਹ ਗੁਰਵਾਕ ਰਾਗ ਸੂਰਠ ਦੀ ਰਚਨਾ ਹੈ ਮਹਲਾ ਪੰਜਵਾਂ
ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਵਾਕ ਦਾ ਵਿਆਖਿਆਨ ਰਹਾਉ ਦੇ ਬੰਧ ਤੋਂ ਪ੍ਰਾਰੰਭ ਕਰਦੇ ਹਾਂ। ਗੁਰਦੇਵ ਜ਼ਿਕਰ ਕਰਦੇ ਨੇ, ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ, ਅਨਦਿਨ ਸੁਕ੍ਰਿਤ ਕਰੀਐ। ਸੰਤੋ ਰਾਮ ਨਾਮ ਨਿਸਤਰੀਐ, ਗੁਰਬਾਣੀ ਦਾ ਮੈਸੇਜ ਮਲਟੀ ਡਾਇਮੈਂਸ਼ਨਲ ਹੈਗਾ। ਇਹਦੇ 'ਚ ਮਲਟੀ ਲੇਅਰਡ ਵੇ ਦੇ ਨਾਲ ਗੁਰੂ ਬਾਬਾ ਜੀ ਨੇ ਸਾਨੂੰ ਤਾਕੀਦ ਕੀਤੀ ਹੈ, ਹਿਦਾਇਤ ਕੀਤੀ ਹੈ, ਸਿੱਖਿਆ ਦਿੱਤੀ ਹੈ। ਇਹ ਬੀਇੰਗ ਏ ਹਿਊਮਨ, ਮਨੁੱਖ ਦੇ ਰੂਪ ਦੇ ਵਿੱਚ ਸਾਡਾ ਹਲਤ ਪਲਤ ਲੋਕ ਪਰਲੋਕ ਸਭ ਸਵਾਰਦਾ ਹੈ। ਜੇ ਆਪਾਂ ਇਹ ਅਹਿਸਾਸੀਏ ਕਿ ਹੁਣ ਇਸੇ ਸਮੇਂ ਆਸੇ ਵਕਤ 'ਚ ਅੱਜ 'ਚ ਹੁਣੀ ਤੋਂ ਸਭ ਸਵਰ ਸਕਦਾ ਹੈ, ਤਾਂ ਬਾਣੀ ਕਹਿੰਦੀ ਹਾਂ ਹੁਣੀ ਤੋਂ ਹੀ ਸਭ ਸਵਾਰਿਆ ਜਾ ਸਕਦਾ। ਇਹ ਰਿਹਾ ਬਾਤ ਕਿ ਮਨੁੱਖ ਧਰਮ ਦੀ ਪਾਲਣਾ ਕਰਦਾ ਇਸ ਖਾਹਿਸ਼ ਵਿੱਚ ਇੱਕ ਦਿਨ ਮੁਕਤੀ ਮਿਲੇਗੀ। ਮਨੁੱਖ ਧਰਮ ਦੀ ਪਾਲਣਾ ਕਰਦਾ ਇਸ ਖਾਹਿਸ਼ ਵਿੱਚ ਇੱਕ ਦਿਨ ਸਵਰਗ ਜਾਵਾਂਗੇ। ਮਨੁੱਖ ਧਰਮ ਦੀ ਪਾਲਣਾ ਕਰਦਾ ਅਬ ਦੁੱਖ ਫਿਰ ਸੁੱਖ। ਗੁਰਮਤਿ ਸਕੂਲ ਨੇ ਕਿਹਾ ਨਾ, ਹੁਣੇ ਸੁੱਖ ਆ, ਇਸੇ ਪਲ ਦੇ ਵਿੱਚ ਹੀ ਖੁਸ਼ੀ ਹੈ। ਅੱਜ ਹੀ ਤੁਸੀਂ ਆਪਣਾ ਆਪਾ ਸਵਰ ਸਵਾਰ ਸਕਦੇ ਹੋ। ਜਿਵੇਂ ਆਹ ਬਚਨ ਹੈ, ਸੰਤੋ ਰਾਮ ਨਾਮ ਨਿਸਤਰੀ ਹੈ, ਮਹਾਰਾਜ ਇਹਦੇ 'ਚ ਸਾਨੂੰ ਇਹ ਸਿੱਖਿਆ ਦਰਸਾ ਰਹੇ ਨੇ, ਕਿਸੇ ਨੂੰ ਐਡਰੈਸ ਕਰਨਾ ਤਾਂ ਕਿਵੇਂ ਕਰਨਾ ਹੈ। ਅਸੀਂ ਸੰਸਾਰੀ ਲੋਕ ਹਾਂ, ਜਦੋਂ ਕਿਸੇ ਨੂੰ ਸੰਬੋਧਨ ਕਰਦੇ ਹਾਂ ਤਾਂ ਸੰਬੋਧਨ ਦੇ ਵਿੱਚ ਹੀ ਸਭ ਕੁਛ ਮੌਜੂਦ ਹੁੰਦਾ ਹੈ। ਸੰਬੋਧਨ ਵਿੱਚ ਹੀ ਖੁਸ਼ੀ ਹੈ, ਚਾਅ ਹੈ, ਕਿਸੇ ਦੇ ਪ੍ਰਤੀ ਸਾਡਾ ਵਿਹਾਰ ਉੱਥੋਂ ਹੀ ਤੈਅ ਹੋ ਜਾਂਦਾ ਹੈ। ਬਹੁਤ ਸਰਲ ਕਰਕੇ ਦੇਖਣਾ ਹੋਏ, ਘਰਾਂ ਥਾਵਾਂ ਦੇ ਵਿੱਚ ਈਵਨ ਇੱਕ ਬੱਚੇ ਨੂੰ ਵੀ ਆਵਾਜ਼ ਦੇਣੀ ਹੈ ਤਾਂ ਉਸ ਆਵਾਜ਼ ਦੇ ਵਿੱਚ ਹੀ ਬੱਚੇ ਦੀ ਸਾਰੀ ਤਵੱਕੋ, ਬੱਚੇ ਦਾ ਸਾਰਾ ਧਿਆਨ ਤੁਸੀਂ ਉਸਨੂੰ ਸ਼ੇਪ ਦੇ ਸਕਦੇ ਹੋ। ਜੇ ਉਸ ਤੁਹਾਡੀ ਆਵਾਜ਼ ਦੇ ਵਿੱਚ ਹੀ ਬੱਚੇ ਦੇ ਪ੍ਰਤੀ ਨਕਾਰਾਤਮਕ ਪੱਖ ਆ, ਉਸਨੂੰ ਤੁਸੀਂ ਆਵਾਜ਼ ਦੇਣ ਲੱਗਿਆ ਹੀ ਮੂਰਖ, ਕਮ ਅਕਲ, ਜਿਹਦੇ ਤੋਂ ਐਕਸਪੈਕਟੇਸ਼ਨਸ ਹੀ ਇਹ ਨੇ ਕਿ ਇਹ ਬਹੁਤਾ ਚੰਗਾ ਨਹੀਂ ਹੈਗਾ। ਯਕੀਨਨ ਤੌਰ 'ਤੇ ਬੱਚੇ ਨੂੰ ਅਹਿਸਾਸ ਹੋ ਗਿਆ ਕਿ ਜਦੋਂ ਐਕਸਪੈਕਟੇਸ਼ਨ ਹੀ ਇੰਨੀ ਕੀ ਹੈ, ਫਿਰ ਇਹਨੂੰ ਹੀ ਮੀਟ ਕਰਨਾ, ਇਸ ਤੋਂ ਬਾਅਦ ਜਾਣ ਦੀ ਲੋੜ ਹੀ ਨਹੀਂ ਹੈ। ਇੱਥੋਂ ਹੀ ਸਾਡੀ ਸਾਰੀ ਮੁਸ਼ਕਲ ਖੜੀ ਹੁੰਦੀ ਹੈ। ਅਸੀਂ ਆਲੇ ਦੁਆਲੇ ਨੂੰ ਐਡਰੈਸ ਹੀ ਐਵੇਂ ਕਰਦੇ ਹਾਂ, ਸੰਬੋਧਨ ਹੀ ਐਵੇਂ ਕਰਦੇ ਹਾਂ, ਫਿਰ ਅਹਿਸਾਸ ਕਰਦੇ ਹਾਂ ਕਿ ਇਹ ਸ਼ਾਇਦ ਮਤਲਬ ਬਹੁਤ ਵਧੀਆ ਢੰਗ ਨਾਲ ਸਾਡੇ ਨਾਲ ਪੇਸ਼ ਆਵੇਗਾ, ਵਧੀਆ ਢੰਗ ਨਾਲ ਸਾਨੂੰ ਰਿਜ਼ਲਟ ਦਏਗਾ। ਕਿਵੇਂ ਦਏਗਾ? ਜਦੋਂ ਤੁਸੀਂ ਲਾਈਨ ਹੀ ਇਹ ਖੜੀ ਕਰ ਦਿੱਤੀ ਕਿ ਇਸ ਤੋਂ ਬਿਯੋਂਡ ਮੈਂ ਸੋਚ ਹੀ ਨਹੀਂ ਸਕਦਾ, ਤਾਂ ਬਾਬਾ ਜੀ ਕਹਿੰਦੇ ਠੀਕ ਹੈ, ਤੇਰੀ ਮੰਗ ਹੈ, ਮੈਂ ਪੂਰੀ ਕਰਾਂਗਾ। ਜੋ ਮੰਗ ਹੈ ਠਾਕੁਰੇ ਆਪਣੇ ਤੇ, ਸੋਈ ਸੋਈ ਦੇਵੇ, ਜੋ ਮੰਗ ਰਿਹਾ ਤੇਰੀ ਝੋਲੀ ਪਾ ਦਿਆਂਗਾ। ਤੇਰੀ ਮੰਗ ਹੀ ਇੰਨੀ ਕਿਹਾ ਕਿ ਤੂੰ ਆਪਣੇ ਹੀ ਸਨੇਹੀਆਂ, ਆਪਣੇ ਹੀ ਪਿਆਰ ਕਰਨ ਵਾਲੇ, ਆਪਣੇ ਹੀ ਆਲੇ ਦੁਆਲੇ ਨੂੰ ਤੂੰ ਕਹਿ ਰਿਹਾ ਕਿ ਇਹ ਮੂਰਖ ਬਣਨ, ਇਹ ਕੰਮ ਅਕਲ ਹੋਣ, ਇਹ ਕੋਝੇ ਹੋਣ, ਇਹਨਾਂ ਨੂੰ ਐਡਰੈਸ ਹੀ ਐਵੇਂ ਕਰ ਰਿਹਾ। ਠੀਕ ਹੈ, ਇਹ ਕੁਦਰਤ ਦਾ ਨਿਜ਼ਾਮ ਆ। ਜਿਹੜੀ ਫੋਰਚੁਨੇਟ ਗੱਲ ਇਹ ਹੈ ਕਿ ਜਿਸ ਸਮਾਜ, ਜਿਸ ਸਮੇਂ 'ਚ ਅਸੀਂ ਲੰਘ ਰਹੇ ਹਾਂ,
ਇਹਦੇ 'ਚ ਬਹੁਤ ਸਾਰੀ ਰਿਸਰਚ ਇਸ ਬੇਸਡ ਹੋ ਚੁੱਕੀ ਹੈ। ਮਤਲਬ ਉਹ ਕਹਿੰਦੇ ਵਰਡ ਯੂਜ਼ ਕੀਤਾ ਜਾਂਦਾ ਅੰਗਰੇਜ਼ੀ ਜ਼ਬਾਨ ਦੇ ਵਿੱਚ ਇੰਪਾਵਰਮੈਂਟ, ਕਿਸੇ ਨੂੰ ਇੰਪਾਵਰ ਕਰ ਦਿਓ, ਸਮਰੱਥਾ ਦੇ ਦਿਓ, ਉਹਦੇ ਤੋਂ ਤਵੱਕੋ ਹੀ ਐਸੀ ਉਹਨੂੰ ਦੱਸ ਦਿਓ ਕਿ ਤੇਰੇ ਤੋਂ ਤਵੱਕੋ ਇਸ ਕਿਸਮ ਦੀ ਹੈ, ਤੂੰ ਆਪਣੇ ਆਪ ਨੂੰ ਹੋ ਸਕਦਾ ਸਿਆਣਾ, ਚੰਗਾ, ਕਾਬਲ, ਵਧੀਆ ਨਾ ਸਮਝਦਾ ਹੋਏ, ਪਰ ਮੈਂ ਤੈਨੂੰ ਸਮਝਦਾ ਹਾਂ, ਮੇਰਾ ਵਿਸ਼ਵਾਸ ਤੇਰੇ 'ਚ ਹੈ ਕਿ ਤੂੰ ਬਹੁਤ ਚੰਗਾ ਆ, ਬਹੁਤ ਉਮਦਾ ਆ, ਤੇਰੇ ਕੋਲ ਬਹੁਤ ਸੋਝੀ ਹੈ, ਤੂੰ ਬਹੁਤ ਅਕਲ ਵਾਲਾ ਹੈ। ਯਕੀਨਨ ਤੌਰ 'ਤੇ ਜੋ ਤੁਸੀਂ ਕਿਸੇ ਨੂੰ ਇਸ ਕਿਸਮ ਦੀ ਇੰਪਾਵਰਮੈਂਟ ਦੇ ਦਿੰਦੇ ਹੋ, ਅਗਲਾ ਫਿਰ ਉਹਦੇ ਉੱਤੇ ਫੁਲਫਿਲ ਕਰਨ ਵਾਸਤੇ ਉਸਨੂੰ ਉਹਦੇ ਤੋਂ ਉਹਨੂੰ ਆਪਣੇ ਆਪ ਨੂੰ ਉਹਦੇ ਅਕੋਰਡਿੰਗਲੀ ਮੈਚ ਕਰਨ ਵਾਸਤੇ ਐਫਰਟ ਪਾਉਂਦਾ ਆ, ਯਤਨ ਕਰਦਾ ਆ, ਪ੍ਰਿਆਸ ਕਰਦਾ ਆ। ਜਿੱਥੇ ਪ੍ਰਿਆਸ ਰੱਤਾ ਹੁੰਦੀ ਹੈ, ਕੁਦਰਤ ਮਦਦਗਾਰ ਹੁੰਦੀ ਹੈ। ਗੁਰੂ ਬਾਬਾ ਜੀ, ਇਹ ਅਸੀਂ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਰਹੇ ਹਾਂ, ਜਿਨ੍ਹਾਂ ਨੇ ਸੰਤ ਪ੍ਰਵਿਰਤੀ, ਮਨੁੱਖ ਦੇ ਵਿੱਚ ਸੱਤ ਦੇ ਗੁਣਾਂ ਦੀ ਰਿਫਲੈਕਸ਼ਨ, ਬਾਬਾ ਜੀ ਨੇ ਇਹਨੂੰ ਇਮੈਜਿਨ ਕੀਤਾ, ਮਨੁੱਖ ਅਸੂਲਾਤਮਕ ਜੀਵਨ ਜੀਏ ਅਤੇ ਬੜੇ ਚਾਅ ਨਾਲ ਜੀਏ, ਫਿਰ ਇੱਥੇ ਤੱਕ ਜੀਏ ਕਿ ਜੇ ਕਿਤੇ ਉਹਨੂੰ ਅਸੂਲਾਂ 'ਤੇ ਪਹਿਰਾ ਦਿੰਦਿਆਂ ਹੋਇਆਂ, ਮਤਲਬ ਐਕਸਟ੍ਰੀਮ ਸੈਕਰੀਫਾਈਸ ਵੀ ਕਰਨਾ ਪਏ, ਕੁਰਬਾਨੀ ਵੀ ਕਰਨੀ ਪਏ, ਉਹ ਕਹੇ ਕੋਈ ਨਾ ਮੈਂ ਕਰ ਦਿਆਂਗਾ, ਇਹਦੇ 'ਚੋਂ ਤੁਹਾਡਾ ਇਤਿਹਾਸ ਨਿਕਲਿਆ ਸਾਰਾ। ਨਹੀਂ ਤਾਂ ਜਿਸ ਸਮਾਜ ਨੂੰ ਅਸੀਂ ਵੇਖਦੇ ਹਾਂ, ਜਿਹਦੇ 'ਚ ਕਹਿੰਦੇ ਨੇ ਜਰ, ਜੋਰੂ ਅਤੇ ਜ਼ਮੀਨ, ਇਹ ਤਿੰਨ ਹੀ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਬੰਦਾ ਮਰ ਰਿਹਾ, ਜਿਨ੍ਹਾਂ ਨੂੰ ਬੰਦਾ ਪ੍ਰਾਪਤ ਕਰਨ ਵਾਸਤੇ ਉਤਾਤੂ ਰਿਹਾ, ਤੁਸੀਂ ਆਪਣਾ ਇਤਿਹਾਸ ਪੜ੍ਹੋ, ਕਿਤੇ ਵੀ ਐਸਾ ਕੁਛ ਨਹੀਂ ਗਾ। ਹਾਂ, ਖੂਨ ਦਾ ਭਿੱਜਿਆ ਇਤਿਹਾਸ ਹੈ ਪੂਰਾ, ਪਰ ਕਾਹਦੇ ਵਾਸਤੇ ਹੈ, ਕਿਸੇ ਹਰ ਡਿਸਿਪਲਿਨਰੀ ਮੈਜਰਸ ਨੂੰ ਐਕਸੈਪਟ ਕਰਦਿਆਂ ਹੋਇਆਂ ਆਪਣੀਆਂ ਜਾਨਾਂ ਹਲੂਲੀਆਂ ਜਾ ਰਹੀਆਂ। ਕਿਉਂ? ਕਿਉਂਕਿ ਸੱਤ ਨਾਲ ਆਤਮ ਸਾਥ ਹੋ ਗਏ ਨੇ, ਸੱਤ 'ਚ ਹੀ ਜੀਣਾ ਆ, ਬਿਲਕੁਲ ਅਸੂਲਾਂ ਦੇ ਪਰਿਪੇਖ ਨੂੰ, ਅਸੂਲਾਂ ਨੂੰ ਹੀ ਕਮਾਉਣਾ ਆ। ਇਹ ਮਤਲਬ ਬੰਦਾ ਇਮੈਜਿਨ ਨਹੀਂ ਕਰ ਸਕਦਾ ਇਸ ਕਿਸਮ ਦੀ ਸੁਸਾਇਟੀ ਗੁਰੂ ਬਾਬਾ ਜੀ ਨੇ ਸਿਰਜੀ। ਸੋ ਇਹ ਸਾਰੇ ਦਾ ਜੋ ਅਸੀਂ ਰੂਟ ਦੇਖਦੇ ਹੋ, ਉਹਦੀ ਬੀਜ ਰੂਪ ਦੇਖਦੇ ਹੋ, ਅਤੇ ਬੀਜ ਰੂਪ ਆ ਸਿੱਖਿਆ ਹੈ। ਮਹਾਰਾਜ ਜਦੋਂ ਆਵਾਜ਼ ਹੀ ਦਿੰਦੇ, ਆਵਾਜ਼ ਹੀ ਕਹਿ ਕੇ ਦਿੰਦੇ, ਤੇਰੇ ਤੋਂ ਤਵੱਕੋ ਹੀ ਇਹ ਹੈ, ਤੂੰ ਸੱਤ ਹੈ, ਤੂੰ ਰੱਬ ਦਾ ਹੀ ਰੂਪ ਹੈ, ਤੇਰੇ 'ਚ ਕਰਤਾਰ ਦੀ ਜੋਤ ਵਸੀ ਹੋਈ ਹੈ, ਸੰਤੋ ਹੇ ਸਤ ਸੰਤ ਜਨੋ, ਹੇ ਸੰਤ ਨਾਲ ਆਤਮ ਸਾਥ ਹੋ ਰਹੇ ਇਨਸਾਨ, ਮੈਂ ਤੈਨੂੰ ਬਾਤ ਕਰ ਰਿਹਾ, ਤੇਰੇ ਨਾਲ ਮੇਰੀ ਗੱਲ ਹੋ ਰਹੀ ਹੈ, ਸੰਤੋ। ਫਿਰ ਕਿਆ? ਰਾਮ ਨਾਮ ਨਿਸਤਰੀ ਹੈ, ਨਿਸਤਰੀ ਹੈ। ਨਿਸ ਕਹਿੰਦੇ ਨੇ ਹਨੇਰੇ ਨੂੰ, ਨਿਸ ਦਿਨ, ਦਿਨ ਦਿਨ ਹੀ ਅਰ ਨਿਸ ਜਦੋਂ ਰਾਤ ਹੁੰਦੀ ਹੈ, ਨਿਸ ਹਨੇਰਾ ਤਰਨਾ। ਵੈਸੇ ਅਸੀਂ ਮੋਸਟਲੀ ਪਾਣੀ ਨੂੰ ਤਰਨਾ ਕਹਿੰਦੇ ਹਾਂ, ਕੋਈ ਪਾਣੀ ਦਾ ਸਰੋਵਰ, ਪਾਣੀ ਦਾ ਕੋਈ ਸੋਮਾ ਤਰ ਕੇ ਨਿਕਲ ਆਇਆ ਬਾਹਰ। ਐਕਚੁਅਲ ਲੈਵਲ 'ਤੇ ਜਿੱਥੇ ਕਿਤੇ ਵੀ ਕੋਈ ਮੁਸ਼ਕਲ ਤਕਲੀਫ ਹੋਏ, ਉਹਦੇ ਤੋਂ ਬਿਯੋਂਡ ਜਾਣਾ, ਉੱਤੋਂ ਪਾਰ ਪੈਣਾ, ਇਹ ਸਮਝੋ ਤਰਨਾ ਹੈ। ਨਿਸਤਰੀਆ ਨਿਸਤਰਨਾ, ਨਿਸਤਮ ਹਨੇਰਾ, ਅਤੇ ਇਹ ਹਨੇਰਾ ਬਹਿਰੂਨੀ ਨਹੀਂ ਗਾ, ਇਹ ਹਨੇਰਾ ਬੰਦੇ ਦਾ ਇੰਟਰਨਲ ਹੈ, ਜਿਹਨੂੰ ਅਸੀਂ ਅਗਿਆਨਤਾ ਕਹਿੰਦੇ ਹਾਂ, ਅਮੂਢਤਾ ਕਹਿੰਦੇ ਹਾਂ। ਸਾਡੀ ਦੁਨੀਆ ਦੇ ਵਿੱਚ ਦੁੱਖ ਤਕਲੀਫ ਇਹ ਕਿਤੋਂ ਹੋਰੋਂ ਨਹੀਂ ਆਉਂਦੀ, ਅਗਿਆਨ ਵਿੱਚੋਂ ਆਉਂਦੀ ਹੈ। ਅਗਿਆਨ ਹੀ ਅਸਲ 'ਚ ਸਾਡੇ ਲਈ ਸਭ ਤੋਂ ਵੱਡਾ ਦੁੱਖ ਹੈ, ਸਭ ਤੋਂ ਵੱਡਾ ਸਾਡੇ ਲਈ ਪੀੜਾ ਹੈ। ਗੁਰੂ ਬਾਬਾ ਜੀ ਦੇ ਬਚਨ ਪੜ੍ਹੀਏ, ਅਸੀਂ ਵੈਸੇ ਜਿਹੋ ਜਿਹੀ ਦੁਨੀਆ 'ਚ ਰਹਿ ਰਹੇ ਹਾਂ, ਇਹਦੇ 'ਚ ਸਾਰਾ ਕੁਝ ਸਾਡੇ ਅਰਥਚਾਰੇ ਦੇ ਆਲੇ ਦੁਆਲੇ ਘੁੰਮਦਾ ਹੈ, ਕਿਉਂਕਿ
ਜਿਹੜੀ ਇਕੋਨਮੀ ਹੈ, ਆਰਥਿਕਤਾ ਹੈ, ਇਹੀ ਬੰਦੇ ਦੀ ਸਿਮਰਤੀ 'ਚ ਰਹਿੰਦੀ ਹੈ, ਇਹਦੇ ਨਾਲ ਚੱਲਦਾ ਹੈ। ਅਤੇ ਇਹਦੇ ਵਿੱਚੋਂ ਸਾਨੂੰ ਦੋ ਪੁਜੀਸ਼ਨਸ ਸਿੱਧੇ ਤੌਰ 'ਤੇ ਨਜ਼ਰ ਪੈਂਦੀਆਂ ਨੇ, ਬਹੁਤ ਅਮੀਰ ਅਤੇ ਬਹੁਤ ਗਰੀਬ, ਰਾਜਾ ਰੰਕ, ਇਹ ਲਫਜ਼ ਅਸੀਂ ਆਮ ਕਰਕੇ ਯੂਜ਼ ਕਰਦੇ ਹਾਂ। ਗੁਰੂ ਬਾਬਾ ਜੀ ਨੇ ਬਾਣੀ ਜਦੋਂ ਬਿਆਨ ਕੀਤਾ, ਮਹਾਰਾਜ ਬਿਆਨ ਕਰਦੇ, ਅੰਧਕਾਰ ਸੁੱਖ ਕਭੂ ਨਾ ਸੋਈ ਹੈ, ਹਨੇਰੇ ਦੇ ਵਿੱਚ ਅਗਿਆਨਤਾ 'ਚ ਕਦੀ ਕਿਸੇ ਨੂੰ ਸੁੱਖ ਨਹੀਂ ਮਿਲਿਆ, ਅੰਧਕਾਰ ਸੁੱਖ ਕਭੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਕੀ ਰਾਜਾ ਅਤੇ ਕੀ ਰੰਕ, ਦੋਨੋਂ ਹੀ ਰੋਂਦੇ ਨੇ, ਅੰਧਕਾਰ ਅਗਿਆਨਤਾ, ਗਿਆਨ ਸੁੱਖ ਹੈ, ਅਗਿਆਨ ਦੁੱਖ ਹੈ। ਇਹਦੀ ਪਹਿਚਾਣ ਕਰਨੀ ਹੋਏ ਬਹੁਤ ਸਿੰਪਲ ਆ, ਆਪਾਂ ਦੋ ਕਦਮ ਚੁੱਕੇ ਜੀਵਨ 'ਚ ਕਿਸੇ ਰੂਪ 'ਚ, ਯੂ ਟੇਕ ਐਨੀ ਸੋਰਟ ਆਫ ਟੂ ਸਟੈਪਸ ਐਂਡ ਆਫਟਰਵਰਡ ਯੂ ਆਰ ਰਿਗਰੈਟਿੰਗ, ਮੈਨੂੰ ਇਹ ਸਟੈਪਸ ਨਹੀਂ ਸੀ ਲੈਣੇ ਚਾਹੀਦੇ, ਦੁੱਖ ਹੈ। ਪਰ ਕਿਉਂ ਪਛਤਾ ਰਿਹਾ, ਕਿਉਂ ਗਿਲਟੇ 'ਚ ਹੈ, ਕਿਉਂਕਿ ਅਗਿਆਨਤਾ 'ਚ ਕਦਮ ਚੁੱਕੇ ਨੇ, ਹਨੇਰੇ 'ਚ ਕਦਮ ਚੁੱਕੇ, ਹਨੇਰੇ 'ਚ ਚੁੱਕਿਆ ਹੋਇਆ ਕਦਮ, ਪੋਸੀਬਿਲਿਟੀ ਹੈ ਠੋਕਰ ਲੱਗੇਗੀ, ਪੋਸੀਬਿਲਿਟੀ ਹੈ ਉੱਚੀ ਨੀਵੀਂ ਥਾਂ 'ਤੇ ਰੱਖਿਆ ਜਾਏਗਾ, ਪੋਸੀਬਿਲਿਟੀ ਹੈ ਫਿਸਲ ਕੇ ਡਿੱਗ ਜਾਏਗਾ। ਆਇਆ ਜੇ ਗਿਆਨ ਦੇ ਵਿੱਚ, ਰੌਸ਼ਨੀ ਦੇ ਵਿੱਚ, ਹਾਂ ਪਤਾ ਆ ਸਾਹਮਣੇ ਕੰਡੇ ਨੇ, ਸਾਹਮਣੇ ਠੁੱਡਾ ਵੱਜ ਸਕਦਾ, ਪਰ ਰੌਸ਼ਨੀ 'ਚ ਪਤਾ ਹੈ ਇੰਨੀ ਕੁ ਸੱਟ ਲੱਗੇਗੀ, ਇੰਨਾ ਬਚਾਅ ਹੋਏਗਾ, ਇਸ ਤੋਂ ਨੈਕਸਟ ਸਟੈਪ ਇੱਥੇ ਹੋਏਗਾ, ਇੱਥੇ ਹੋਏਗਾ, ਨਿਕਲ ਜਾਏਗਾ, ਦੁੱਖ ਨਹੀਂ ਹੋਏਗਾ। ਦੁੱਖ ਐਕਚੁਅਲ ਲੈਵਲ ਤੋਂ ਉੱਥੇ ਨਿਕਲ ਕੇ ਆਉਂਦਾ ਜਿੱਥੇ ਬੰਦੇ ਦੀ ਐਕਸਪੈਕਟੇਸ਼ਨਸ ਕੁਝ ਹੋਰ ਸੀਗੀਆਂ, ਪ੍ਰਾਪਤੀ ਕੁਝ ਹੋਰ ਹੋਈ, ਬੜਾ ਕੁਰਲਾ ਰਿਹਾ। ਮਹਾਰਾਜ ਬਿਆਨ ਕਰਦੇ ਅੰਧਕਾਰ ਅਗਿਆਨਤਾ ਕਰਕੇ ਹੈ। ਜਿਹੜਾ ਸਤ ਨਾਲ ਆਤਮ ਸਾਥ ਆ, ਉਹਦੀ ਕੋਈ ਖਾਸੀਅਤ ਆ, ਉਹ ਜੀਵਨ 'ਚ ਕਿਸੇ ਪੜਾਅ ਵਿੱਚ ਵੀ ਲੰਘੇਗਾ ਅਗਿਆਨਤਾ 'ਚ ਨਹੀਂ ਰਹੇਗਾ, ਕਿਸੇ ਰੂਪ ਦੇ ਵਿੱਚ ਵੀ ਕਿਸੇ ਅਮੂੜਤਾ ਦੇ ਵਿੱਚ ਨਹੀਂ ਰਹੇਗਾ, ਆਪਣੇ ਆਪ ਨੂੰ ਹਮੇਸ਼ਾ ਰੌਸ਼ਨ, ਉਸ ਰੌਸ਼ਨੀ ਦੇਣ ਵਾਲੇ ਸੋਮੇ ਦੇ ਨਾਲ ਜੋੜ ਕੇ ਰੱਖੇਗਾ। ਇਹੀ ਨਾਮ ਆ। ਗੁਰੂ ਬਾਬਾ ਜੀ ਨੇ ਕਿਹਾ ਰਾਮ ਨਾਮ ਨਿਸਤਰੀਐ, ਪ੍ਰਭੂ ਦੇ ਨਾਮ ਦੇ ਦੀਵੇ ਦੇ ਨਾਲ ਹੀ ਇਹ ਨਿਸਤਰੀਐ, ਇਹ ਅਗਿਆਨਤਾ ਦਾ ਦਰਿਆ ਅਸੀਂ ਪਾਰ ਕਰ ਸਕਦੇ ਹਾਂ। ਅਦਰਵਾਈਜ਼ ਇਸ ਅੰਧਕਾਰ ਰੂਪ ਭਵਸਾਗਰ ਦੇ ਵਿੱਚ ਅਸੀਂ ਸਾਰੇ ਗੋਤੇ ਖਾਵਾਂਗੇ। ਮਨੁੱਖ ਜਿਹਨੂੰ ਅੱਜ ਕੱਲ੍ਹ ਬੜੇ ਸਿੰਪਲ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਕਿ ਅਸੀਂ ਅਲਟੀਮੇਟ ਰਿਐਲਿਟੀ ਤੱਕ ਪਹੁੰਚਣਾ ਆ, ਅਸੀਂ ਤਾਂ ਰਿਐਲਿਟੀ ਨੂੰ ਪਰਸੀਵ ਨਹੀਂ ਕਰਦੇ, ਫੈਂਟਸੀ 'ਚ ਜਿੰਨੇ ਆ, ਅਸੀਂ ਤਾਂ ਇੱਕ ਪ੍ਰਟੈਂਡ ਇਮੈਜੀਨੇਸ਼ਨ ਲੈ ਕੇ ਜੀ ਰਹੇ ਹਾਂ ਉਸ ਰੂਪ ਦੇ ਵਿੱਚ, ਹਾਲਾਂਕਿ ਸਭ ਚੀਜ਼ਾਂ ਸਾਨੂੰ ਸਾਹਮਣੇ ਵਿਖਾ ਰਹੀਆਂ ਨੇ। ਅੱਜ ਜਿਹੜਾ ਅੱਜ ਸੰਸਾਰ ਜਿਹਦੇ 'ਚ ਅਸੀਂ ਵਿਚਰ ਰਹੇ ਹੈਗੇ ਹਾਂ, ਸਾਡੇ ਸਾਹਮਣੇ ਵੈਦਰ ਕਿੱਡੀ ਮਤਲਬ ਡਰਾਸਟਿਕ ਪਿਕਚਰ ਬਣ ਰਹੀ ਹੈ, ਪਰ ਅਨਫੋਰਚੁਨੇਟਲੀ ਇੰਨਾ ਵੱਡਾ ਮਨੁੱਖਾਂ ਦਾ ਜਮਾਵੜਾ ਸਮੂਹ, ਉਹ ਕਿਸੇ ਆਪਣੀ ਹੀ ਸੋਚ ਜੀ ਰਿਹਾ। ਹਾਲਾਂਕਿ ਸਾਨੂੰ ਹੁਣ ਬਹੁਤ ਮਤਲਬ ਕਹਿ ਲਈਏ ਕਿ ਐਕਸਟ੍ਰੀਮ ਸਟੈਪਸ ਲੈਣੇ ਚਾਹੀਦੇ ਨੇ ਜਲਦੀ ਤੋਂ ਜਲਦੀ, ਤਾਂ ਕਿ ਅਸੀਂ ਇਸ ਕੁਦਰਤ ਦੇ ਸਰੂਪ ਦੇ ਵਿੱਚ ਜੇ ਅਸ਼ਰੂਫ ਮਖਲੂਕਾਤ ਹਾਂ ਤਾਂ ਸਹੀ ਕੰਟਰੀਬਿਊਟ ਕਰ ਸਕੀਏ। ਬੀਇੰਗ ਇਸ ਸਿੱਖ ਸਾਡੇ ਕੋਲ ਤਾਂ ਗੁਰੂ ਬਾਬਾ ਜੀ ਨੇ ਲੀਡਿੰਗ ਰੋਲ ਦਿੱਤਾ ਸਾਨੂੰ, ਤਾਂ ਜਿਹੜੇ ਰੋਜ਼ ਨੇਮ 'ਚ ਪੜ੍ਹਦੇ ਹੁਣ, ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਇਹ ਸਾਰਾ ਜਗਤ ਇੱਕ ਪੂਰੀ ਦੀ ਪੂਰੀ ਖੇਡ ਖੇਡ ਰਿਹਾ ਹੈ, ਇਹ ਸਾਰਾ ਇਸ ਰੂਪ 'ਚ ਚੱਲ ਰਿਹਾ, ਇਹਦੇ 'ਚ
ਡੈਫੀਨੇਟਲੀ ਇਸ ਖੇਡ ਦਾ ਅਸੀਂ ਪਾਰਟ ਹਾਂ, ਹਿੱਸਾ ਹਾਂ, ਅਤੇ ਫਿਰ ਇਸ ਖੇਡ ਨੂੰ ਸਹੀ ਤਰੀਕੇ ਨਾਲ ਸਮਝ ਕੇ ਇਹਨੂੰ ਆਪਣੇ ਜਿਹੜਾ ਆਪਣਾ ਬਣਦਾ ਸਰਦਾ ਰੋਲ ਹੈ ਉਹਨੂੰ ਅਦਾ ਕਰਨਾ ਚਾਹੀਦਾ। ਪਰ ਰਾਮ ਨਾਮ ਨਿਸਤਰੀ ਹੈ, ਹੇ ਸੰਤ ਜਨੋ ਤਾਂ ਹੀ ਤਰਸ ਕਹੋਗੇ ਜੇ ਰਾਮ ਦੇ ਨਾਮ ਦਾ ਦੀਵਾ ਉਸਨੂੰ, ਜਿਹਨੂੰ ਬਾਬਾ ਜੀ ਕਹਿੰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਬੰਦਾ ਕਹਿੰਦਾ ਦੁੱਖ ਦੁੱਖ ਬਹੁਤ ਮਾਰੂ ਹੈ, ਬਾਬਾ ਜੀ ਕਹਿੰਦੇ ਇਹਨੂੰ ਤੇਲ ਬਣਾ ਲੈ, ਉਸ ਦੀਵੇ 'ਚ ਹੀ ਪਾ ਲੈ ਨਾਮ ਦੇ 'ਚ। ਜਿਵੇਂ ਜਿਵੇਂ ਦੀਵਾ ਬਲੇਗਾ ਦੋ ਕੰਮ ਇਕੱਠੇ ਹੋਣਗੇ, ਜੋ ਦੀਵਾ ਬਲਦਾ ਦੋ ਚੀਜ਼ਾਂ ਇੱਕੋ ਸਮੇਂ ਹੁੰਦੀਆਂ ਨੇ। ਮਹਾਰਾਜ ਬਿਆਨ ਕਰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਜਦੋਂ ਦੀਵਾ ਬਲਦਾ ਦੋ ਕੰਮ ਕਰਦਾ, ਇੱਕ ਤਾਂ ਰੋਸ਼ਨੀ ਦਿੰਦਾ, ਉਹ ਦੂਜਾ ਜਿਹੜਾ ਉਹ 'ਚ ਤੇਲ ਪਾਇਆ ਆ ਉਹਨੂੰ ਐਲੀਮੀਨੇਟ ਕਰ ਦਿੰਦਾ, ਉਹਨੂੰ ਖਾ ਜਾਂਦਾ। ਜੇ ਅਸੀਂ ਆਪਣੇ ਦੁੱਖਾਂ ਨੂੰ ਹੀ ਨਾਮ ਦੇ ਉਸ ਦੀਵੇ 'ਚ ਪਾ ਦੇਵਾਂਗੇ, ਡੈਫੀਨੇਟਲੀ ਰੋਸ਼ਨ ਦਿਮਾਗ ਹੋਵਾਂਗੇ, ਦੂਜਾ ਤੇਲ ਮੁੱਕ ਜਾਏਗਾ ਹੌਲੀ ਹੌਲੀ, ਉਹ ਜਿਹੜਾ ਦੁੱਖ ਆ ਉਹ ਖਤਮ ਹੋ ਜਾਏਗਾ। ਸੋ ਗੁਰੂ ਬਾਬਾ ਜੀ ਕਹਿੰਦੇ ਰਾਮ ਨਾਮ ਨਿਸਤਰੀ ਹੈ, ਉਠਤ ਬੈਠਤ ਹਰ ਹਰ ਧਿਆਈਐ ਅਨਦਿਨ ਸੁਕ੍ਰਿਤ ਕਰੀਏ। ਇਹ ਸਾਡੀ ਵੇ ਆਫ ਲਾਈਫ ਗੁਰੂ ਬਾਬਾ ਜੀ ਸ਼ੇਪ ਦੇ ਰਹੇ ਨੇ ਉਸਨੂੰ। ਉਠਤ ਬੈਠਤ ਹਰ ਹਰ ਧਿਆਈਏ, ਉੱਠਦਿਆਂ ਬਹਿੰਦਿਆਂ, ਇਹਨੂੰ ਅਸੀਂ ਜੇ ਥੋੜ੍ਹਾ ਜਿਹਾ ਈਡੀਅਮ ਵਿੱਚ ਪਾ ਕੇ ਦੇਖਣਾ ਹੋਏ ਨਾ, ਤਾਂ ਸਾਡੀ ਪੰਜਾਬੀ ਦੀ ਮੁਹਾਵਰੇਦਾਰੀ ਹੈ। ਕੋਈ ਸ਼ਖਸ ਸਾਡੇ ਸਾਹਮਣੇ ਜਿਹੜੀ ਕਹਿ ਲਓ ਜ਼ਿੰਦਗੀ 'ਚ ਆਪਣਾ ਉਹਦਾ ਬਿਹੇਵੀਅਰ ਆ ਉਹ ਠੀਕ ਨਹੀਂ, ਉਸ ਬਿਹੇਵੀਅਰ ਵਿੱਚੋਂ ਜਿਹੜਾ ਆਊਟਕਮ ਆ ਰਿਹਾ ਆ ਉਹ ਸਾਨੂੰ ਅਨਅਕਸੈਪਟੇਬਲ ਆ, ਅਸੀਂ ਕਹਿੰਦੇ ਇਹ ਅਕਸੈਪਟ ਨਹੀਂ ਕੀਤਾ ਜਾ ਸਕਦਾ। ਅਤੇ ਫਿਰ ਕੋਈ ਦੂਸਰੇ ਨੂੰ ਪੁੱਛਦਾ ਹੈ ਵੀ ਇਹ ਐਵੇਂ ਦਾ ਕਿਉਂ ਹੋ ਗਿਆ, ਇਹ ਤਾਂ ਬੜਾ ਵਧੀਆ ਸੀਗਾ, ਤੁਹਾਡਾ ਪਰਿਵਾਰ ਬੜਾ ਵਧੀਆ ਸੀਗਾ, ਅਤੇ ਇਹ ਕਿਵੇਂ ਹੋ ਗਿਆ? ਕਹਿੰਦੇ ਜੀ ਇਹਦੀ ਨਾ ਜਿਹੜੀ ਉੱਠ ਬੈਠ ਆ ਉਹ ਨਹੀਂ ਚੰਗੀ, ਮੇਨ ਸੰਗਤ ਨਹੀਂ ਚੰਗੀ ਇਹਦੀ, ਜਿਹੜਾ ਉੱਠਣਾ ਬੈਠਣਾ ਆ ਕੰਪਨੀ ਕਹਿੰਦੇ ਨੇ ਉਸੇ, ਬੰਦਾ ਹੋਰ ਕੁਝ ਵੀ ਨਹੀਂ। ਅੱਜ ਜੇ ਆਪਾਂ ਐਜੂਕੇਸ਼ਨਲ ਸਾਈਕੋਲੋਜਿਸਟ ਨੂੰ ਪੜ੍ਹੀਏ ਨਾ, ਖਾਸ ਕਰਕੇ ਟੀਨਏਜ ਜਦੋਂ ਬੱਚਾ ਉਹਦੇ 'ਚੋਂ ਗੁਜ਼ਰ ਰਿਹਾ ਹੁੰਦਾ ਆ, ਅਤੇ ਉਹਦੇ ਬਾਬਤ ਜਦੋਂ ਕਿਸੇ ਨੂੰ ਅਸੈਸ ਕਰਦੇ ਨੇ ਉਹ, ਖਾਸ ਕਰਕੇ ਕੈਰੀਅਰ ਰਿਲੇਟਿਡ, ਉਹਦੀ ਫਿਊਚਰ ਰਿਲੇਟਿਡ ਜਾਂ ਚੋਇਸਿਸ ਨੂੰ ਦੇਖਣ ਵਾਸਤੇ, ਅਤੇ ਉਹ ਮੋਸਟਲੀ ਇੱਕ ਸਿੰਪਲ ਟਰਮਨੋਲੋਜੀ ਯੂਜ਼ ਕਰਦੇ ਨੇ ਵੀ ਆਈ ਡੋਂਟ ਵਾਂਟ ਟੂ ਅਸੈਸ ਯੂ, ਜਸਟ ਗਿਵ ਮੀ ਯੂਰ ਫਰੈਂਡਸ ਲਿਸਟ, ਆਈ ਵਿਲ ਮੀਟ ਦੈਮ, ਆਈ ਵਿਲ ਸੀ ਦੈਮ, ਐਂਡ ਦੈਨ ਆਈ ਵਿਲ ਡੈਫੀਨੇਟਲੀ ਲੈਟ ਯੂ ਨੋ ਵਟਸ ਯੂਰ ਫਿਊਚਰ। ਮੈਨੂੰ ਤੈਨੂੰ ਮਿਲਣ ਦੀ ਲੋੜ ਨਹੀਂ ਹੈ, ਆਪਣੇ ਬਸ ਮੈਨੂੰ ਦੋਸਤ ਲਿਆ ਕੇ ਮਿਲਾ ਦੇ, ਮੈਂ ਉੱਥੋਂ ਹੀ ਦੱਸ ਦਿਆਂਗਾ ਤੇਰਾ ਭਵਿੱਖ ਕੀ ਹੋਏਗਾ। ਬਹੁਤ ਸਿੰਪਲ ਆ, ਜਿੱਥੇ ਤੇਰੀ ਉਠਕ ਬੈਠਕ ਆ ਉਹ ਦੱਸ ਦੇ। ਬੰਦਾ ਆਪਣੀ ਉਠਕ ਬੈਠਕ ਜਿਹੜਾ ਉਹਦਾ ਜਿੱਥੇ ਉਹਦਾ ਜਿਹੋ ਜਿਹੇ ਇਨਵਾਇਰਮੈਂਟ 'ਚੋਂ ਆਪਣੇ ਆਪ ਨੂੰ ਲੈ ਕੇ ਜਾ ਰਿਹਾ ਹੈ, ਜਿੱਥੇ ਉਹ ਆਪਣਾ ਟਾਈਮ ਇਨਵੈਸਟ ਕਰ ਰਿਹਾ ਹੈ, ਉਹੀ ਰਿਫਲੈਕਟ ਹੋਣਾ ਉਹਦੇ ਜੀਵਨ ਵਿੱਚੋਂ। ਮੈਂ ਕਹਿੰਦਾ ਹਾਂ ਮੈਂ ਆਪਣਾ ਜੀਵਨ ਬਦਲਣਾ ਹੈ, ਬਦਲਣਾ ਕੀ ਹੈ ਫਿਰ? ਉਠਕ ਬੈਠਕ। ਜੇ ਇਹ ਚੀਜ਼ ਨਹੀਂ ਬਦਲੇਗੀ, ਐਡਿਕਸ਼ਨ 'ਚ ਕੰਮ ਕਰਦੇ ਹਾਂ ਅਸੀਂ, ਐਡਿਕਸ਼ਨ ਦੇ ਵਿੱਚ ਲੋਕ ਰੀਹੈਬ ਭੇਜ ਦਿੰਦੇ ਲੋਕਾਂ ਨੂੰ, ਬੱਚਿਆਂ ਨੂੰ, ਬੜਾ ਬੜੀ ਬੜੀ ਐਫਰਟ ਪਾਉਂਦੇ। ਜੇ ਸਹੀ ਰੂਪ ਵਿੱਚ ਉਸਨੂੰ ਬਦਲਣਾ ਆ, ਉਹਦੀ ਉਠਕ ਬੈਠਕ ਬਦਲਣੀ ਪਏਗੀ, ਜਿੱਥੇ ਉਹਦੀਆਂ ਸਾਂਝਾਂ ਲੱਗੀਆਂ ਨੇ, ਕਿਉਂਕਿ ਉੱਥੇ ਹੀ ਆਇਆ ਸਾਰਾ, ਜਿਹੜੀ ਅਲਾਮਤ ਆਈ ਹੈ ਉਹ ਬਦਲ ਲਏ। ਹੋਏਗਾ ਕਿ ਵਿਦ ਇਨ ਫਿਊ ਡੇਜ਼ ਹੀ ਔਰ ਸ਼ੀ ਇਜ਼ ਗੋਇੰਗ ਬੀ ਟੋਟਲੀ ਡਿਫਰੈਂਟ ਪਰਸਨ। ਬਾਬਾ ਜੀ ਬਿਆਨ ਕਰਦੇ ਉਠਤ ਬੈਠਤ ਹਰ ਹਰ ਧਿਆਈ ਹੈ, ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ, ਸੱਤੀ ਪਹਿਰੀ ਸੱਤ ਭਲਾ
ਬਹੀਏ ਪੜ੍ਹਿਆ ਪਾਸ। ਜਿਨ੍ਹਾਂ ਨੇ ਕੋਈ ਸੱਤ ਦਾ ਨਾਮ ਪੜ੍ਹਿਆ ਨਾ, ਉਹਨਾਂ ਕੋਲ ਵਿਆਹ ਕਰ ਸੱਤੀ ਪੈ ਰਹੀ। ਕੋਈ ਨਾ ਕੋਈ ਚੀਜ਼ ਰਿਫਲੈਕਟ ਹੋਏਗੀ, ਕੋਈ ਨਾ ਕੋਈ ਚੀਜ਼ ਤੈਨੂੰ ਅਪੀਲ ਕਰੇਗੀ, ਕੋਈ ਨਾ ਕੋਈ ਥਾਟ ਤੇਰੇ ਅੰਦਰ ਆਵੇਗਾ, ਕਿਤੇ ਨਾ ਕਿਤੇ ਤੈਨੂੰ ਡੈਫੀਨੇਟਲੀ ਕੋਈ ਨਾ ਕੋਈ ਆਵਾਜ਼ ਵੱਜੇਗੀ, ਤੂੰ ਸਹੀ ਸਹੀ ਡਾਇਰੈਕਸ਼ਨ 'ਤੇ ਤੁਰਨਾ ਸ਼ੁਰੂ ਕਰ ਦੇਗਾ। ਸਾਡੀਆਂ ਜਿਹੜੀਆਂ ਬੇਸਿਕ ਵੀਕਨੈਸਿਸ ਨੇ ਉਹ ਬਿਲਕੁਲ ਮਤਲਬ ਯੂਨੀਫਾਈ ਹੋ ਜਾਂਦੀਆਂ, ਇੱਕੋ ਜਿਹੀਆਂ ਨੇ। ਸਾਡੀ ਬੇਸਿਕ ਵੀਕਨੈਸ ਕਿਹੜੀ ਹੈ ਜਿਹੜੀ ਸਾਨੂੰ ਫੋਰਸ ਚਲਾ ਰਹੀ ਹੈ? ਈਗੋ, ਲਸਟ, ਗਰੀਡ, ਐਂਗਰ, ਯੂ ਨੋ, ਮਤਲਬ ਇਹ ਹੋਰ ਤਾਂ ਕੁਛ ਵੀ ਨਹੀਂ, ਇਹੀ ਚੀਜ਼ਾਂ ਨੇ। ਵੀ ਆਰ ਨੋਟ ਏਬਲ ਟੂ ਗ੍ਰਿਪ ਦੈਮ ਐਂਡ ਡਿਊ ਟੂ ਦੈਟ ਰੀਜ਼ਨ ਵੀ ਆਰ ਆਲ ਸਫਰਿੰਗ। ਮਹਾਰਾਜ ਸਿੰਘ ਬੜਾ ਕਲੀਅਰ ਕਿਹਾ, ਉਠਕ ਬੈਠਕ ਐਸੀ ਹੋਏ, ਸੱਤੀ ਪਹਿਰੀ ਸੱਤ ਭਲਾ ਬਹੀਆ ਪੜ੍ਹਿਆ ਪਾਸ। ਜਿਹਨੇ ਕੋਈ ਨਾਮ ਪੜ੍ਹਿਆ ਹੋਏ, ਜਿਹੜੇ ਕੋਈ ਕਿਤੇ ਮਾੜੇ ਜਿਹੇ ਸੱਜੇ ਖੱਬੇ ਤੁਰਨ ਲੱਗੇ, ਤੂੰ ਰਾਈਟ ਵੇ ਗਏ, ਉਹ ਭਲਿਆ ਦੇਖ ਨਾ, ਮਤਲਬ ਬਾਬਾ ਜੀ ਬਿਆਨ ਕਰਦੇ ਨਾ ਵੀ ਲਾਲਚ, ਹੰਕਾਰ, ਵਾਸ਼ਨਾ, ਤ੍ਰਿਸ਼ਨਾ, ਈਰਖਾ, ਦੁਆਖ, ਇਹਨੂੰ ਐਵੇਂ ਟ੍ਰੀਟ ਕਰ ਜਿਵੇਂ ਮੈਲ ਹੈ, ਬਚ ਜਾਏਗਾ। ਬਹੁਤ ਸਿੰਪਲ ਆ, ਸਰੀਰ ਨੂੰ ਮੈਲ ਲੱਗੀ ਹੋਏ ਕਿਵੇਂ ਟ੍ਰੀਟ ਕਰਦੇ ਹਾਂ, ਮਤਲਬ ਕਿਤੇ ਉਹਨੂੰ ਸਾਬਣ ਲਾਉਂਦੇ ਹਾਂ, ਕਿਤੇ ਮਲਦੇ ਹਾਂ, ਕਿਤੇ ਵਾਰ ਵਾਰ, ਬਸ ਇਹੀ ਚੀਜ਼ ਆ। ਮਨ ਦੀ ਅਵਸਥਾ ਆ, ਜਪਜੀ ਸਾਹਿਬ ਜਾ ਜਾਈਏ, ਇਸ ਤੋਂ ਸਿੰਪਲ ਸਰਲ ਕੀ ਪੜ੍ਹਾਂਗੇ ਅਤੇ ਕੀ ਸਮਝਾਂਗੇ? ਗੁਰੂ ਬਾਬਾ ਜੀ ਕਹਿੰਦੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸਕੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕਹਿ ਸੰਗ। ਤੇਰੀ ਮਤ ਹੀ ਤੈਨੂੰ ਮਾਰ ਰਹੀ ਹੈ, ਉਸੇ ਮਤ ਦੇ ਵਿੱਚ ਹੀ ਤੂੰ ਕੋਈ ਇਹੋ ਕੁਛ ਪਾ ਲਿਆ ਆ ਜਿਹੜਾ ਉਹਦੇ ਅਸਲ ਵਜੂਦ ਨੂੰ ਤੋੜ ਰਿਹਾ। ਮਤਲਬ ਸਾਡੇ ਕੱਪੜੇ ਦੇ ਵਿੱਚ ਹੀ ਪਲੀਤ ਪੈ ਗਿਆ, ਇਸ ਕਰਕੇ ਕੱਪੜਾ ਸਮੈਲ ਕਰ ਰਿਹਾ। ਇਸ ਨੂੰ ਦੋਨਾਂ ਨੂੰ ਡਿਸਟਿੰਗੁਇਸ਼ ਕਰਨਾ, ਇਹਨਾਂ ਦੋਨਾਂ ਨੂੰ ਵੱਖਰਿਆਂ ਕਰਨਾ, ਮੈਲ ਅਤੇ ਕੱਪੜਾ ਕਿਵੇਂ ਹੋਏਗਾ? ਸਿੰਪਲ ਚੀਜ਼ ਹੈ, ਬਾਬਾ ਜੀ ਕਹਿੰਦੇ ਸਾਬਣ ਲਾ, ਪਾਣੀ ਨਾਲ ਧੋ ਚੰਗੀ ਤਰ੍ਹਾਂ ਇਹਨੂੰ। ਹੁਣ ਆ ਜਾਈਏ ਮਤ ਦੀ ਗੱਲ, ਮਤ ਨੂੰ ਹਾਂ ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਮ ਹੈ ਕਹਿ ਰੰਗ, ਉਹਨੂੰ ਨਾਮ ਦੇ ਰੰਗ 'ਚ ਲੈ ਕੇ ਜਾ। ਪ੍ਰੇਮ ਹੈ ਇੱਥੇ, ਰੰਗ ਦਾ ਮਤਲਬ ਪ੍ਰੀਤ, ਇਹ ਫੋਰਸਫੁਲ ਹੀ ਨਹੀਂ ਹੋ ਸਕਦਾ। ਇਹ ਜਿਹੜੀ ਉਠਤ ਬੈਠਤ ਹੁੰਦੀ ਹੈ, ਫੋਰਸਫੁਲੀ ਤੁਸੀਂ ਬੈਠ ਨਹੀਂ ਸਕਦੇ ਕਿਤੇ, ਤੁਸੀਂ ਵਾਰ ਵਾਰ ਉੱਥੇ ਹੀ ਜਾ ਕੇ ਬੈਠੋਗੇ, ਉੱਥੇ ਹੀ ਵਾਰ ਵਾਰ ਜਾਓਗੇ ਜਿੱਥੇ ਪ੍ਰੀਤ ਹੈ, ਜਿੱਥੇ ਪਿਆਰ ਹੈ। ਜਿੱਥੇ ਪ੍ਰੀਤ ਨਾ ਹੋਏ, ਪਿਆਰ ਨਾ ਹੋਏ, ਉੱਥੇ ਤੁਹਾਨੂੰ ਧੱਕੇ ਨਾਲ ਵੀ ਫੋਰਸਫੁਲੀ ਵੀ ਲੈ ਕੇ ਜਾਵਾਂਗੇ, ਤੁਸੀਂ ਬੜੀ ਚਲੇ ਜਾਓਗੇ, ਇੱਕ ਮੁੜ ਕੇ ਕਹੋ ਮੈਂ ਨਹੀਂ ਜਾਣਾ ਇੱਥੇ। ਮੈਂ ਕਿਉਂ? ਉਠਤ ਬੈਠਤ ਉੱਥੇ ਹੀ ਹੁੰਦੀ ਹੈ ਜਿੱਥੇ ਪ੍ਰੀਤ ਦੀਆਂ ਤੰਦਾਂ ਡਾਢੀਆਂ ਹੋ ਜਾਣ, ਫਿਰ ਤਾਂ ਬੰਦਾ ਕਹਿੰਦਾ ਕੰਪਨੀ ਛੱਡਣੀ ਨਹੀਂ। ਇਹਦੇ 'ਚ ਆਪਣੇ ਆਪ ਲਗਾਤਾਰ ਮੁਸਲਸਲ ਰੱਖਣਾ, ਇਨਵੋਲਵ ਰੱਖਣਾ। ਮਹਾਰਾਜ ਬਿਆਨ ਕਰਦੇ, ਉਠਤ ਬੈਠਤ ਹਰ ਹਰ ਧਿਆਈ ਹੈ। ਕਿਵੇਂ ਧਿਆਓਗੇ? ਜੇ ਪ੍ਰੀਤ ਹੋਏਗੀ ਤੇ, ਜੇ ਪਿਆਰ ਹੋਏਗਾ ਤੇ, ਜੇ ਪ੍ਰੀਤ ਪ੍ਰੀਤ ਪੁਰੀਆ ਮੋਹਨ ਲਾਲਨਾ, ਜੇ ਇਹ ਚੀਜ਼ ਇਸ ਰੂਪ ਵਿੱਚ ਪਕੜ 'ਚ ਆਏਗੀ, ਇਸ ਤਰੀਕੇ ਨਾਲ ਬਾਤ ਆਵੇਗੀ ਤੇ, ਉਹਦੀ ਬਾਤ ਕੀਤੀ। ਉਠਤ ਬੈਠਤ ਹਰ ਹਰ ਧਿਆਈ ਹੈ, ਫਿਰ ਕਿਹਾ ਅੰਨ ਦਿਨ ਸੁਕ੍ਰਿਤ ਕਰੀਏ। ਸੁਕ੍ਰਿਤ ਗੁਰਬਾਣੀ ਹੈ, ਸ਼ਬਦ ਨੇ, ਸਾਰੇ ਸ਼ਬਦਾਂ ਨੂੰ ਸਮਝਣ ਵਾਸਤੇ ਥੋੜ੍ਹੀ ਜਿਹੀ ਐਫਰਟ ਪਾਉਣੀ ਪਏਗੀ, ਤਾਂ ਹੀ ਕਿਉਂਕਿ ਕੁਦਰਤ ਨੇ ਹਿਊਮਨ ਬਣਾਇਆ ਸਾਨੂੰ, ਸ਼ਬਦ ਹੀ, ਅੱਖਰ ਹੀ ਸਾਡਾ ਸਭ ਤੋਂ ਵੱਡਾ ਸਰਮਾਇਆ ਹੈ ਮਨੁੱਖ ਦੇ ਰੂਪ ਦੇ ਵਿੱਚ। ਬਾਕੀ ਤਾਂ ਸਭ ਚੀਜ਼ਾਂ ਇਹ ਆ, ਅਸੀਂ ਐਵੇਂ ਚੀਜ਼ਾਂ ਨੂੰ ਸਮਝਦੇ ਹਾਂ ਕਿ ਸਰਮਾਇਆ ਅੱਖਰ ਹੈ ਸਾਡਾ। ਸਾਡੀ ਜ਼ਿੰਦਗੀ 'ਚੋਂ ਅੱਖਰ ਖਿਰ ਜਾਣ, ਅਸੀਂ ਜਾਨਵਰਾਂ ਤੋਂ ਬੱਤਰ ਹਾਂ। ਸਾਡੀ ਜ਼ਿੰਦਗੀ 'ਚ ਅੱਖਰ ਸੱਜ ਜਾਣ, ਅਸੀਂ ਜੋ ਚਾਹੀਏ ਉਹਨੂੰ ਅਚੀਵ ਕਰ ਸਕਦੇ ਹਾਂ। ਸੁਕ੍ਰਿਤ ਲਫਜ਼ ਕ੍ਰਿਤ ਆ, ਕ੍ਰਿਤ ਕਹਿੰਦੇ ਕਰਮ ਨੂੰ,
ਜਿਹਨੂੰ ਅਸੀਂ ਕਾਰ ਵੀ ਕਹਿੰਦੇ ਹਾਂ ਐਕਚੁਅਲ ਲੈਵਲ 'ਤੇ, ਜਿਹੜੀ ਜਿਹਦੇ 'ਚ ਕਾਰ ਵਿਹਾਰ ਜਿਹੜਾ ਆ ਅਸੀਂ ਸੋਚਦੇ ਹਾਂ ਕਿ ਮਨੁੱਖ ਦੇ ਰੂਪ ਵਿੱਚ ਅਸੀਂ ਕਰਦੇ ਹਾਂ ਕ੍ਰਿਤ, ਕੁਦਰਤ ਦੀ ਹਰ ਚੀਜ਼ ਕ੍ਰਿਤ ਕਰਦੀ ਹੈ, ਕਿਉਂਕਿ ਮਦਰ ਨੇਚਰ ਨੇ ਆਪਣੇ ਲਾਅ ਦੇ ਅਕੋਰਡਿੰਗਲੀ ਇੱਕ ਈਕੋਸਿਸਟਮ ਡਿਵੈਲਪ ਕੀਤਾ ਜਿਹਦੇ 'ਚ ਸਭ ਨੂੰ ਕੰਟਰੀਬਿਊਟ ਕਰਨ ਵਾਸਤੇ ਉਹਨੇ ਲਾਇਆ, ਹਰ ਚੀਜ਼ ਕੰਟਰੀਬਿਊਟ ਕਰ ਰਹੀ। ਜੇ ਬਾਣੀ ਨੂੰ ਹੋਰ ਡੀਪ ਲੈਵਲ 'ਤੇ ਚੱਲੀਏ ਨਾ, ਤਾਂ ਬਾਬਾ ਜੀ ਬਿਆਨ ਕਰਦੇ ਵੀ ਸਭ ਕੁਛ, ਸਭ ਕੋਈ ਰੱਬ ਨੂੰ ਗਾ ਰਿਹਾ। ਬੰਦਾ ਕਈ ਵਾਰ ਸੋਚਦਾ ਕਿਵੇਂ ਗਾ ਰਿਹਾ ਹੈ, ਗਾਵੇਂ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ, ਸਭ ਹਵਾਵਾਂ ਗਾ ਰਹੀਆਂ ਨੇ, ਪਾਣੀ ਗਾ ਰਿਹਾ, ਅਗਨੀ ਗਾ ਰਹੀ ਹੈ, ਵੀ ਸਾਰੇ ਈਕੋਸਿਸਟਮ ਬਣਿਆ, ਸਭ ਉਹਦੀ ਨਿਜ਼ਾਮਤ ਦੇ ਵਿੱਚ ਆਪਾਂ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰ ਰਿਹਾ, ਗਾ ਰਿਹਾ। ਉਸ ਬੰਦੇ ਨੂੰ ਵੀ ਕਿਹਾ ਤੂੰ ਗਾਉਣਾ ਹੈਗਾ, ਬੰਦੇ ਨੂੰ ਕੁਦਰਤੀ ਤੌਰ 'ਤੇ ਤੱਤ 'ਤੇ ਗਾ ਰਹੇ ਨੇ, ਹਵਾ ਆਪਣਾ ਨਗਮਾ ਗਾ ਰਹੀ ਹੈ। ਹਵਾ ਨਗਮਾ ਕੀ ਹੈ? ਹਵਾ ਦਾ ਨਗਮਾ ਇਹੀ ਹੈ ਕਿ ਸਾਨੂੰ ਜ਼ਿੰਦਗੀ ਬਖਸ਼ੀ ਹਵਾ ਨੇ, ਸਾਡੇ ਲਗਾਤਾਰ ਸਾਡੀ ਨਾਸਕਾ ਦੇ ਜ਼ਰੀਏ ਅੰਦਰ ਜਾ ਰਹੀ ਹੈ, ਸਾਡੇ ਫੇਫੜਿਆਂ 'ਚ ਜਾ ਕੇ ਜ਼ਿੰਦਗੀ 'ਚੋਂ ਕਨਵਰਟ ਹੋ ਰਹੀ ਹੈ, ਉਹ ਨਗਮੇ ਗਾ ਰਹੀ ਹੈ ਆਪਣੇ। ਅਗਨੀ ਆਪਣਾ ਰੋਲ ਪਲੇ ਕਰ ਰਹੀ ਹੈ, ਦਰਜੇ ਹਰਾਰਾ ਸਰਟਨ ਲੈਵਲ ਦਾ ਟੈਂਪਰੇਚਰ ਬਾਡੀ ਦੇ 'ਚ ਕੰਮ ਕਰ ਰਿਹਾ, ਸਾਰਾ ਡਾਇਜੈਸਟਿਕ ਸਿਸਟਮ ਤੋਂ ਲੈ ਕੇ ਸਭ ਕਾਸੇ ਨੂੰ ਚਲਾ ਰਿਹਾ। ਮਿੱਟੀ ਆਪਣਾ ਰੋਲ ਪਲੇ ਕਰ ਰਹੀ ਹੈ, ਮਤਲਬ ਮਿੱਟੀ ਹੈਂ ਗਲੋ ਮਾਰ ਰਹੀ ਹੈ, ਚਮਕਾਂ ਮਾਰ ਰਹੀ ਹੈ, ਨੱਚ ਰਹੀ ਹੈ, ਟੱਪ ਰਹੀ ਹੈ, ਮੁੜ ਰਹੀ ਹੈ, ਕਰ ਰਹੀ ਹੈ ਸਾਰੀ। ਇਸ ਸਾਰੇ ਦੇ ਅੰਦਰ ਇਹ ਸਾਰੀ ਚੀਜ਼ ਤੈਨੂੰ ਇੱਕ ਇਵੋਲਵ ਹੋ ਕੇ ਇਹ ਸਾਰੇ ਸਟਰਕਚਰ ਨੂੰ ਕਹਿ ਰਹੀ ਹੈ ਵੀ ਤੂੰ ਆਪਣਾ ਕਾਰਜ ਕਰ। ਹੁਣ ਕਾਰਜ ਕੀ ਕਰਨਾ ਹੈ ਤੂੰ? ਦੇਖੋ ਆਪਾਂ ਕਹਿੰਦੇ ਹਾਂ ਸਾਹ, ਸਾਹ ਆਪਾਂ ਲੈ ਥੋੜ੍ਹਾ ਰਹੇ ਹਾਂ, ਨੈਚੁਰਲੀ ਆ ਰਿਹਾ ਹੈ। ਫੂਡ ਇਨਟੇਕ ਕਰਦੇ ਹਾਂ ਅਸੀਂ, ਅਸੀਂ ਹਜ਼ਮ ਥੋੜ੍ਹਾ ਕਰਦੇ ਹਾਂ, ਸਿਸਟਮ ਕਰਦਾ ਹੈ ਆਪਣੇ ਆਪ, ਅਸੀਂ ਤੁਹਾਨੂੰ ਖਰਾਬ ਕਰਦੇ ਹਾਂ, ਫਿਰ ਵੀ ਆਪਣੇ ਆਪ ਨੂੰ ਦੁਬਾਰਾ ਦੁਬਾਰਾ ਜਿਹੜਾ ਰਿਵਾਈਵ ਕਰਦਾ ਹੈ। ਆਪਾਂ ਦੇਖੀਏ ਨੀਂਦ ਅਸੀਂ ਲੈ ਕੇ ਨਹੀਂ ਆਉਂਦੇ, ਸਾਨੂੰ ਆਪੇ ਆਉਂਦੀ ਹੈ। ਸਾਡੀ ਜਿਹੜੀ ਹੈਲਥ ਆ ਅਸੀਂ ਇਹਨੂੰ ਸਿਰਫ ਐਜ਼ ਇਟ ਇਜ਼ ਮੇਨਟੇਨ ਕਰਨਾ, ਸਸਟੇਨ ਕਰਨਾ, ਅਸੀਂ ਇਹਦੇ ਨਾਲ ਰੋਲ ਇਹੋ ਜਿਹੇ ਪਲੇ ਕਰਨਾ ਕਿ ਜੋ ਨੈਚੁਰਲੀ ਹੁੰਦਾ ਨੈਚੁਰਲੀ ਹੋਣ ਦੇਣਾ। ਜਦੋਂ ਅਸੀਂ ਗੈਰ ਕੁਦਰਤੀ ਵਰਤਾਰਾ ਵਰਤਾਉਂਦੇ ਹਾਂ ਫਿਰ ਇਹ ਚੀਜ਼ਾਂ ਖਰਾਬ ਹੁੰਦੀਆਂ, ਉਹ ਤਾਂ ਸਭ ਚੀਜ਼ਾਂ ਆਪਣੇ ਆਪ ਹੋ ਰਹੀਆਂ ਨੇ। ਅੱਛਾ ਬੰਦੇ ਤੂੰ ਕੀ ਕਰਨਾ? ਤੇਰਾ ਰੋਲ ਹਵਾ ਪਾਣੀ ਦੂਜੇ ਤੱਤਾਂ ਵਰਗਾ ਨਹੀਂ ਗਾ, ਇਸ ਈਕੋਸਿਸਟਮ ਦੇ 'ਚ ਤੇਰਾ ਰੋਲ ਬਹੁਤ ਵੱਡਾ ਆ। ਤੇਰਾ ਰੋਲ ਕੀ ਹੈ? ਤੈਨੂੰ ਕੁਦਰਤ ਨੇ ਇਹ ਸਾਰੇ ਕਾਸੇ ਨੂੰ ਮਾਣਨ ਵਾਸਤੇ ਜੀਵਨ ਦਿੱਤਾ ਹੈ, ਅਤੇ ਜੀਵਨ ਮਾਣਦਿਆਂ ਹੋਇਆਂ ਮੈਂ ਆਪਣੇ ਲਈ ਦੁੱਖ ਸਹੇੜਾਂ, ਦੂਜਿਆਂ ਲਈ ਦੁੱਖ ਸਹੇੜਾਂ, ਆਪਣੇ ਲਈ ਤਕਲੀਫਾਂ ਪੈਦਾ ਕਰਾਂ, ਦੂਜਿਆਂ ਲਈ ਤਕਲੀਫਾਂ ਪੈਦਾ ਕਰਾਂ, ਮੈਂ ਆਪਣੇ ਲਈ ਰੁਦਨ ਸਿਰਜਾਂ, ਮੈਂ ਦੂਜਿਆਂ ਲਈ ਰੁਦਨ ਸਿਰਜਾਂ, ਮੈਂ ਆਪਣੇ ਲਈ ਹਾਵੇ ਹੰਝੂ ਲਵਾਂ, ਦੂਜਿਆਂ ਲਈ ਹਾਵੇ ਹੰਝੂ ਸਿਰਜਾਂ, ਇਹ ਮੇਰੀ ਕ੍ਰਿਤ ਚੰਗੀ ਨਹੀਂ ਗੀ। ਇਸ ਕ੍ਰਿਤ ਨੂੰ ਕ੍ਰਿਤ ਨਾ ਕਿਹਾ ਜਾਏਗਾ, ਕੁਕ੍ਰਿਤ ਕਿਹਾ ਜਾਏਗਾ, ਮਾੜਾ ਕੰਮ ਹੈ। ਅਤੇ ਇਹਦੇ 'ਚ ਹੁੰਦਾ ਮੋਸਟਲੀ ਇਹੀ ਹੈ ਅਗਿਆਨਤਾ ਦੇ ਵਿੱਚ, ਮੈਂ ਸਮਝ ਕੇ ਬੈਠਾ ਮੇਰੇ ਹੋਠਾਂ 'ਤੇ ਹਾਸੇ ਉਦੋਂ ਹੀ ਆਉਣਗੇ ਜਦੋਂ ਇਹਨਾਂ ਦੀਆਂ ਅੱਖਾਂ 'ਚ ਹੰਝੂ ਹੋਣਗੇ। ਪੂਰੀ ਦੁਨੀਆ ਨੂੰ ਦੇਖੋ ਧਿਆਨ ਦੇ ਨਾਲ, ਜਿਹੜੀਆਂ ਲੜਾਈਆਂ ਚੱਲ ਰਹੀਆਂ ਨੇ ਸਭ, ਮਤਲਬ ਗਲੋਬਲ ਲੈਵਲ 'ਤੇ ਕੀ ਹੈ ਇਹਨਾਂ ਦੇ ਵਿੱਚ? ਕਿਸੇ ਨੂੰ ਕਸ਼ਟ ਦੇ ਕੇ ਮੈਂ ਖੁਸ਼ ਹੋ ਰਿਹਾ, ਇਹ ਕ੍ਰਿਤ ਕੁਕ੍ਰਿਤ ਹੈ। ਮੈਂ ਕਹਿੰਦਾ ਮੈਂ ਵਸਦਾ ਤਾਂ ਆ ਜਦੋਂ ਇਹ ਉੱਜੜਦੇ ਨੇ, ਕੁਕ੍ਰਿਤ ਹੈ। ਕੌਣ ਕਹਿੰਦਾ ਮੈਂ ਨਾ ਵਸਾਂ, ਮੇਰਾ ਵਸੇਬਾ ਹੋਏ ਪਰ ਕਿਸੇ 'ਤੇ ਉਜਾੜੇ ਤੇ ਮੇਰਾ ਵਸੇਬਾ, ਇਹ ਬਰਬਾਦੀ ਹੈ, ਤਬਾਹੀ ਹੈ। ਪਰ ਕਿਉਂਕਿ ਨਾਮ ਦੀ ਸੋਝੀ ਨਹੀਂ ਸੁਰਤੇ ਆਪ ਨਹੀਂ ਬੰਦਾ, ਰੋਸ਼ਨੀ ਨਹੀਂ ਸੁਰਤ 'ਚ, ਇਸ ਕਰਕੇ ਥੋੜ੍ਹਾ ਸੋਚਦਾ।
ਇਹਦੇ 'ਚੋਂ ਦੁੱਖ, ਇਹਦੇ 'ਚੋਂ ਤਕਲੀਫ ਲੈ ਰਿਹਾ। ਮੇਰੇ ਘਰ ਰੌਸ਼ਨੀ ਹੋਏ, ਮੇਰੇ ਘਰ ਚਾਨਣ ਹੋਏ, ਮੇਰੇ ਘਰ ਹਰ ਵਸਤਰਸਤ ਹੋਏ, ਪਰ ਇਹ ਨਾ ਹੋਏ ਵੀ ਮੈਂ ਕਿਸੇ ਦੇ ਉਜਾੜੇ ਨੂੰ ਆਪਣੇ ਉਸ ਰੂਪ ਵਿੱਚ ਲੈ ਕੇ ਆਵਾਂ। ਬਾਬਾ ਜੀ ਕਹਿੰਦੇ ਅੰਨ ਦਿਨ ਸੂਕ੍ਰਿਤ ਕਰੀਏ, ਕੁਕ੍ਰਿਤ ਨਹੀਂ ਕਰਨੀ, ਸੂਕ੍ਰਿਤ। ਸੂਕ੍ਰਿਤ ਇਹ ਹੈ ਮੇਰੇ ਹੋਠਾਂ 'ਤੇ ਹਾਸੇ ਹੋਣ ਪਰ ਕਿਸੇ ਨੂੰ ਹਸਾ ਕੇ, ਮੇਰੇ ਜੀਵਨ ਵਿੱਚ ਆਸਾਨੀਆਂ ਹੋਣ ਪਰ ਕਿਸੇ ਦੇ ਰਾਹ 'ਚ ਰੋਕਾਂ ਪਾ ਕੇ ਨਹੀਂ, ਕੰਡੇ ਖਿਲਾਰ ਕੇ ਨਹੀਂ। ਇਹ ਨਾਮ ਵਿੱਚੋਂ ਬਾਤ ਆਉਂਦੀ ਹੈ। ਇਹ ਐਸਾ ਇੱਕ ਐਕਟ ਆ ਜਿਹੜਾ ਲਗਾਤਾਰ ਤੁਸੀਂ ਆਪਣੇ ਆਪ ਨਾਲ ਕਰਨਾ ਆ, ਆਪਣੇ ਆਪ ਨਾਲ। ਅਤੇ ਇਹ ਸੰਗਤ ਇਹਦੇ 'ਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਸੰਗਤ 'ਤੇ ਜੋ ਸਿੱਖਿਆ, ਜਿਹੜੀ ਸਿੱਖਿਆ ਨਾਮ ਵਿੱਚੋਂ ਰਿਫਲੈਕਟ ਹੋ ਕੇ ਆਉਂਦੀ ਹੈ। ਗੁਰੂ ਬਾਬਾ ਜੀ ਕਹਿੰਦੇ ਸੰਤੋ, ਇਹ ਸੰਤ ਜਨੋ ਤੁਸੀਂ ਕਰ ਸਕਦੇ ਹੋ, ਇਹ ਰਹਾ ਉਹਦਾ ਪਦ ਆਇਆ ਐਜ਼ ਆਈ ਅੰਡਰਸਟੈਂਡ। ਹੁਣ ਆ ਜੀ ਸ਼ੁਰੂਆਤੀ ਬੰਦ 'ਚ, ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਸ਼ਬਦ ਜਿਹੜੇ ਵਰਡਸ ਹੁੰਦੇ ਨੇ ਇਹਨਾਂ ਨੂੰ ਅਸੀਂ ਕਈ ਵਾਰੀ, ਮੈਂ ਪਹਿਲੇ ਬੇਨਤੀ ਕੀਤੀ ਕਿ ਇਹਨਾਂ ਦੇ ਰੂਟਸ ਨੂੰ ਦੇਖੋ, ਇਹਨਾਂ ਨੂੰ ਤੁਸੀਂ ਇਹਨਾਂ ਨੂੰ ਪ੍ਰਸਪੈਕਟਿਵ ਵਿੱਚ ਪਾ ਕੇ ਦੇਖੋ, ਕੋਨਟੈਕਸਟ 'ਚ ਪਾ ਕੇ ਦੇਖੋ, ਤੁਹਾਨੂੰ ਸਮਝ ਆਉਣਗੀਆਂ ਚੀਜ਼ਾਂ। ਸ਼ਬਦ ਆ ਰਿਹਾ ਹੈ ਪ੍ਰਭ ਪੂਰੀ ਲੋਚ ਹਮਾਰੀ। ਲੋਚ, ਲੋਚਾ, ਖਾਹਿਸ਼, ਡਿਜ਼ਾਇਰਸ ਜਿਹਨਾਂ ਨੂੰ ਕਹਿੰਦੇ ਹਾਂ, ਇੱਛਾਵਾਂ, ਵਿਸ਼ੇਸ ਅਸੀਂ ਆਪਣੀਆਂ ਕਹਿੰਦੇ ਹੈਗੇ। ਦੇਖੋ ਬੰਦੇ ਦੇ ਅੰਦਰ ਖਾਹਿਸ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ। ਕਹਿੰਦੇ ਨੇ ਬੰਦਾ ਨਹੀਂ ਵੱਡਾ ਹੁੰਦਾ, ਉਹਦੇ ਸੁਪਨੇ ਉਹਨੂੰ ਵੱਡਿਆਂ ਕਰਦੇ ਨੇ। ਬੰਦਾ, ਅਸੀਂ ਬੱਚੇ ਪਾਲਦੇ ਹਾਂ ਨਾ ਘਰਾਂ ਦੇ ਵਿੱਚ, ਫੋਕਲੋਰ ਪੜ੍ਹੋ, ਫੋਕਲੋਰ 'ਚ ਕਹਿੰਦੇ ਨੇ ਬੱਚੇ ਨਹੀਂ ਵੱਡੇ ਹੁੰਦੇ, ਸਾਡੀਆਂ ਹਿਰਸਾਂ ਵੱਡੀਆਂ ਹੁੰਦੀਆਂ ਨੇ, ਹਿਰਸਾਂ ਜਵਾਨ ਹੁੰਦੀਆਂ ਨੇ। ਜਿਹੜੀਆਂ ਹਿਰਸਾਂ ਨੇ, ਅਤੇ ਫਿਰ ਹੁਣ ਅੱਜ ਦੇ ਅਸੀਂ ਮਤਲਬ ਬਿਹੇਵੀਅਰਿਸਟ ਨੂੰ ਪੜ੍ਹੀਏ, ਜਿਹੜੇ ਅੱਜ ਇਹਨਾਂ ਰਿਸਰਚ ਲਿਆ ਕਰਕੇ ਆ ਰਹੇ ਨੇ, ਉਹ ਕਹਿੰਦੇ ਬੱਚੇ ਵੱਡੇ ਹੋ ਰਹੇ ਨੇ, ਅਤੇ ਜਿਹੜੀਆਂ ਤੁਹਾਡੀਆਂ ਐਕਸਪੈਕਟੇਸ਼ਨਸ ਨੇ ਬੱਚਿਆਂ ਤੋਂ, ਉਹਨਾਂ ਨੂੰ ਉਹ ਪਰਸੀਵ ਕਰ ਸਕਣ ਉਸ ਲੈਵਲ 'ਤੇ ਉਹਨਾਂ ਨੂੰ ਦੱਸੋ, ਉਹਨਾਂ 'ਤੇ ਇੰਪੋਜ਼ ਨਾ ਕਰੋ। ਮੋਸਟਲੀ ਅਸੀਂ ਦੱਸਦੇ ਨਹੀਂ, ਇੰਪੋਜ਼ ਕਰਦੇ ਹਾਂ। ਮੋਸਟਲੀ ਅਸੀਂ ਉਹਨਾਂ ਨੂੰ ਇਨਵੋਲਵ ਨਹੀਂ ਕਰਦੇ, ਉਹਨਾਂ ਨੂੰ ਅਸੀਂ ਪੁਸ਼ ਕਰਦੇ ਹਾਂ, ਵਿਚ ਇਜ਼ ਟੋਟਲੀ ਰੋਂਗ। ਪਰ ਕਿਹਾ, ਇਹਦੇ 'ਚ ਕੋਈ ਗਲਤ ਨਹੀਂ ਗਾ, ਤੁਸੀਂ ਉਹਨਾਂ ਤੋਂ ਆਪਣੀਆਂ ਐਕਸਪੈਕਟੇਸ਼ਨਸ ਉਹਨਾਂ ਨੂੰ ਦੱਸੋ। ਫਿਰ ਇਕੱਲਾ ਦੱਸੋ ਨਾ, ਉਹਨਾਂ ਐਕਸਪੈਕਟੇਸ਼ਨਸ ਨੂੰ ਅਸੀਂ ਕਿਵੇਂ ਮੀਟ ਕਰਨਾ ਆ, ਉਹਦੇ ਲਈ ਪਲਾਨਸ ਬਣਾਏ ਜਾਣ, ਉਹਨਾਂ ਲਈ ਮਤਲਬ ਡੋਟਸ ਲਾਏ ਜਾਣ ਕਿ ਆਹ ਡੋਟਸ ਨੇ, ਜਿਵੇਂ ਬੱਚੇ ਨੂੰ ਲਿਖਣ ਵਾਸਤੇ ਡੋਟ ਬਣਾਉਂਦੇ ਹਾਂ ਅਸੀਂ। ਫਿਰ ਕਿਹਾ ਜਾ, ਬਸ ਇਹਨੂੰ ਮੈਚ ਹੀ ਕਰਨਾ ਐਵੇਂ ਐਵੇਂ ਕਰਕੇ, ਤਸਵੀਰ ਬਣਦੀ ਲੱਗੀ ਜਾਣੀ ਹੈ, ਉਹਦੇ ਲਈ ਮੈਪ ਕਰਨਾ ਸਾਰਾ ਕੁਛ, ਇਹ ਬੜਾ ਜ਼ਰੂਰੀ ਹੈ। ਪਰ ਇਹ ਹੈ, ਬੰਦਾ ਆਪਣੀਆਂ ਲੋਚਾਂ, ਅਤੇ ਲੋਚਾਂ ਨੂੰ ਫਿਰ ਦੇਖੇ ਵੀ ਅਲਟੀਮੇਟਲੀ ਆ ਕਿੱਥੋਂ ਰਹੀਆਂ ਨੇ, ਖਾਹਿਸ਼ਾਂ ਆ ਕਿੱਥੋਂ ਰਹੀਆਂ ਨੇ। ਜੇ ਇਹ ਖਾਹਿਸ਼ਾਂ ਬੜੇ ਕਿਸੇ ਡਿਵਾਈਨ ਪੱਧਰ ਤੋਂ ਨਿਕਲ ਕੇ ਆ ਰਹੀਆਂ ਨੇ, ਮਤਲਬ ਇਸ ਤਰ੍ਹਾਂ ਸਮਝ ਲਈਏ ਕਿ ਸਪੋਜ਼ ਕਈ ਵਾਰੀ ਕਹੀ ਅਸੀਂ ਕਹਿ ਦਿੰਦੇ ਹਾਂ, ਮੈਂ ਤਾਂ ਬੱਚੇ 'ਤੇ ਕੁੱਤ ਵੱਕੋਂ ਰੱਖੀ, ਬਸ ਚੰਗਾ ਇਨਸਾਨ ਬਣ ਜਾ ਤੂੰ, ਮੈਂ ਮਾਫ਼ੀ ਚਾਹਾਂਗਾ। ਫਿਰ ਪੁੱਛੀਦਾ ਹੈ, ਅੱਛਾ ਜੇ ਬੱਚਾ ਪੁੱਛੇ ਵਟ ਡੂ ਯੂ ਮੀਨ ਬਾਏ ਚੰਗਾ ਇਨਸਾਨ, ਦੈਨ ਵਟ ਵੁੱਡ ਬੀ ਯੋਰ ਆਂਸਰ? ਹੁਣ ਇਹ ਚੰਗਾ ਇਨਸਾਨ, ਗੁਰਮਤਿ ਨੇ ਕਿਹਾ ਚੰਗਾ ਇਨਸਾਨ ਕੌਣ ਹੋਏਗਾ? ਚੰਗਾ ਇਨਸਾਨ ਉਹ ਹੋਏਗਾ ਜਿਹੜਾ ਕਿਸੇ 'ਤੇ ਡਿਪੈਂਡੈਂਟ ਨਹੀਂ ਹੋਏਗਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ, ਉਹ ਬੱਚਾ ਆਪਣੀ ਫਾਈਨੈਂਸ਼ੀਅਲ, ਸੋਸ਼ਲ, ਜਿਹੜੀ ਐਜੂਕੇਸ਼ਨਲ, ਹਰ ਲੈਵਲ ਦੀ ਆਪਣੀ ਇੰਡੀਪੈਂਡੈਂਸ ਅਰਨ ਕਰੇਗਾ। ਇਸ ਤਰੀਕੇ ਨੂੰ ਮੈਪ ਕਰਨਾ, ਇਹ ਸਿਰਫ ਲਫਜ਼ ਨਹੀਂ ਹੈਗੇ, ਇਹਦੇ ਨਾਲ ਸਾਨੂੰ ਕਹਿਣਾ ਪਏਗਾ ਕਿ ਪੁੱਤ ਆ ਉਹਦਾ ਪਾਥ ਆ,
ਫਿਰ ਇਕੱਲਾ ਐਵੇਂ ਥੋੜ੍ਹਾ ਹੋਏਗਾ, ਉਹਦੇ ਲਈ ਰੋਲ ਮਾਡਲਿੰਗ ਹੋਏਗੀ। ਚੀਨ ਦਾ ਇੱਕ ਬਹੁਤ ਸਕਾਲਰ ਬੰਦਾ ਹੋਇਆ, ਸੰਤ ਬੰਦਾ, ਜਿਹਨੂੰ ਬੜਾ ਪੜ੍ਹਦੇ ਨੇ ਚੀਨੀ ਲੋਕ ਅੱਜ ਵੀ, ਤਾਓਸੇ, ਈਵਨ ਹੁਣ ਤਾਂ ਖੈਰ ਇੰਟਰਨੈਸ਼ਨਲ ਲੈਵਲ 'ਤੇ ਬੜਾ ਪੜ੍ਹਿਆ ਜਾਂਦਾ। ਉਹ ਕਹਿੰਦਾ ਕਿ ਘਰ ਵਿੱਚ ਬੱਚਾ ਪੈਦਾ ਹੋ ਗਿਆ ਅਤੇ ਇਸ ਤਰ੍ਹਾਂ ਦੇਖੋ, ਕਿਉਂਕਿ ਉਹਨਾਂ ਦਾ ਮੈਡੀਟੇਸ਼ਨ ਦਾ ਬੜਾ ਕੋਨਸੈਪਟ ਆ, ਕਹਿੰਦੇ ਅੱਖਾਂ ਬੰਦ ਕਰੋ ਅਤੇ ਇਮੈਜਿਨ ਕਰੋ ਅੱਜ ਇਹ ਬੱਚਾ ਪੈਦਾ ਹੋਇਆ ਹੈ, ਇਹ 25 ਸਾਲ ਬਾਅਦ ਮੈਂ ਇਹਨੂੰ ਕਿਸ ਰੂਪ 'ਚ ਦੇਖਣਾ ਚਾਹੁੰਦਾ। ਵੇ ਡੂ ਯੂ ਵਾਂਟ ਟੂ ਸੀ ਦਿਸ ਲਾਈਫ ਆਫਟਰ 25 ਈਅਰਸ? ਜਸਟ ਇਮੈਜਿਨ, ਆਪਣੀ ਸੁਰਤ 'ਚ ਇਮੈਜਿਨ ਕਰੋ, ਉਸਨੂੰ ਇਮੈਜਿਨ ਕਰੋ 25 ਸਾਲ ਬਾਅਦ ਮੈਨੂੰ ਇੱਥੇ ਦੇਖਣਾ ਚਾਹੁੰਦਾ ਵਾ। ਠੀਕ, ਕਹਿੰਦੇ ਉੱਥੇ ਪਹੁੰਚ ਜਾਏਗਾ ਜਿੱਥੇ ਤੁਸੀਂ ਇਮੈਜਿਨ ਕਰ ਲਿਆ, ਪਰ ਉਹਦੇ ਲਈ ਤੁਹਾਨੂੰ ਅੱਜ ਆਪਣੇ ਆਪ ਨੂੰ ਉੱਥੇ ਲਿਜਾਣਾ ਪਏਗਾ। ਇਫ ਯੂ ਆਰ ਏਬਲ ਟੂ ਬੀ ਲਾਈਕ ਦੈਟ, ਵਟ ਯੂ ਵਾਂਟ ਟੂ ਸੀ ਯੂਰ ਕਿਡ ਆਫਟਰ 25 ਈਅਰਸ, ਇਟਸ ਗੋਨਾ ਹੈਪਨ। ਬਹੁਤ ਸਿੰਪਲ ਆ। ਅਸੀਂ ਜਦੋਂ ਅੱਜ ਪਰਸਨੈਲਿਟੀ ਅਨਾਲਿਸਿਸ ਕਰਦੇ ਹਾਂ ਤਾਂ ਪੱਕੀ ਗੱਲ ਆ, ਲੋਕ ਲਿਟਰਲੀ ਤੌਰ 'ਤੇ ਕਹਿੰਦੇ ਨੇ, ਕਹਿੰਦੇ ਮੈਨੂੰ ਇੰਝ ਲੱਗਦਾ ਜਿਵੇਂ ਮੇਰੇ 'ਚ ਮੇਰਾ ਡੈਡ ਬੋਲ ਰਿਹਾ। ਸਮ ਟਾਈਮ ਆਈ ਸਾਊਂਡ ਲਾਈਕ ਆਈ ਐਮ ਨੋਟ ਸਪੀਕਿੰਗ, ਮਾਈ ਮੋਮ ਇਜ਼ ਸਪੀਕਿੰਗ। ਮੇਨ ਬਿਲਕੁਲ ਉਹ ਚੀਜ਼ ਰਿਫਲੈਕਟ ਹੋਣੀ ਸ਼ੁਰੂ ਹੋ ਗਈ ਉਸ ਰੂਪ ਦੇ ਵਿੱਚ। ਇਹੀ ਚੀਜ਼ ਅਸੀਂ ਜਿਵੇਂ ਜਿਵੇਂ ਆਈਡੀਓਲੋਜੀ 'ਚ ਵੀ ਐਵੇਂ ਹੁੰਦਾ ਹੈ, ਤੁਸੀਂ ਜਿਹਨੂੰ ਆਪਣਾ ਆਈਡੀਅਲ ਬਣਾ ਲੈਂਦੇ ਹੋ ਸਕੂਲ ਆਫ ਥਾਟ ਦੇ ਰੂਪ ਦੇ ਵਿੱਚ, ਉਹ ਅਲਟੀਮੇਟਲੀ ਉਸ ਰੂਪ ਵਿੱਚ ਰਿਫਲੈਕਟ ਹੋਣਾ ਸ਼ੁਰੂ ਹੋ ਜਾਂਦਾ। ਮਹਾਰਾਜ ਬਿਆਨ ਕਰਦੇ, ਗੁਰ ਪੂਰੇ ਕਿਰਪਾ ਧਾਰੀ, ਪੂਰੇ ਗੁਰੂ ਨੇ ਬੜਾ ਤਰਸ ਕੀਤਾ ਮੇਰੇ 'ਤੇ, ਕੀ ਕੀਤਾ? ਪ੍ਰਭ ਪੂਰੀ ਲੋਚ ਹਮਾਰੀ, ਲੋਚ ਹਮਾਰੀ, ਜਿਹੜੀ ਲੋਚਾ ਸੀਗੀ ਮੇਰੀ, ਖਾਸ ਸੀਗੀ ਮੇਰੀ, ਉਸਨੂੰ ਦਰੁਸਤ ਕਰ ਦਿੱਤਾ, ਬਿਲਕੁਲ ਕਿਸੇ ਹਾਇਰ ਸਕੂਲ ਆਫ ਥਾਟ ਨਾਲ ਅਲਾਈਨ ਕਰ ਦਿੱਤਾ। ਕਰ ਇਸ਼ਨਾਨ ਗ੍ਰਹਿ ਆਏ, ਕਰ ਇਸ਼ਨਾਨ ਗ੍ਰਹਿ ਆਏ, ਗ੍ਰਹਿ ਗ੍ਰਹਿ ਆ ਸਾਡਾ ਹਿਰਦਾ ਘਰ ਕਿਹਾ ਜਾਂਦਾ। ਐਕਚੁਅਲ ਲੈਵਲ 'ਤੇ ਸਾਡਾ ਗ੍ਰਹਿ ਜਿਹੜਾ ਹੈ ਨਾ, ਉਹ ਸਾਡਾ ਆਪਣਾ ਘਰ ਆ। ਆਪਾਂ ਸਾਖੀਆਂ ਪੜ੍ਹਦੇ ਹਾਂ ਅਤੇ ਜਿਹੜਾ ਇਨਸਾਨ ਦਾ ਅਸਲ ਸੁਭਾਅ ਆ ਉਹ ਉਹਦਾ ਘਰ ਆ। ਆਪਾਂ ਆਪਣੇ ਘਰ ਤੋਂ ਸੱਜੇ ਖੱਬੇ ਤੁਰ ਜਾਂਦੇ ਹਾਂ, ਕਈ ਵਾਰੀ ਰੁੱਸ ਕੇ ਵੀ ਤੁਰ ਜਾਂਦੇ ਹਾਂ, ਲੜ ਕੇ ਵੀ ਤੁਰ ਜਾਂਦੇ ਹਾਂ, ਵੈਸੇ ਵੀ ਕਈ ਵਾਰੀ ਬੰਦਾ ਆਪਣੇ ਘਰ ਨੂੰ ਭੁੱਲ ਜਾਂਦਾ। ਇਹ ਹੁੰਦਾ, ਪੋਸੀਬਿਲਿਟੀ ਹੈ। ਇਨਸਾਨ ਆਪਣੇ ਸੁਭਾਅ ਤੋਂ ਦੂਰ ਚਲਾ ਜਾਂਦਾ, ਪੋਸੀਬਿਲਿਟੀ ਹੈ। ਇਨਸਾਨੀ ਸੁਭਾਅ ਦੇ ਵਿੱਚ ਦਇਆ ਹੋਣੀ, ਧੀਰਜ ਹੋਣਾ, ਉਹਦੇ 'ਚ ਧਰਮ ਹੋਣਾ, ਉਹਦੇ 'ਚ ਵੈਰਾਗ ਹੋਣਾ, ਇਹ ਇਨਸਾਨੀ ਸੁਭਾਅ ਆ। ਇਹ ਬੁਨਿਆਦਾਂ ਨੇ ਇਨਸਾਨੀ ਸੁਭਾਅ ਦੀਆਂ। ਇਨਸਾਨੀ ਸੁਭਾਅ ਤੋਂ ਦੂਰ ਚਲਾ ਜਾਏ ਬੰਦਾ, ਹੋਏ ਕਿ ਵਾਪਸ ਘਰ ਪਰਤ, ਆਪਣੇ ਘਰ ਆ। ਇਹਨੂੰ ਬਾਬਾ ਜੀ ਕਹਿੰਦੇ ਮਨ ਪਰਦੇਸੀ ਜੇ ਥੀ ਹੈ। ਜੇ ਮਨ ਪਰਦੇਸ਼ ਚਲਾ ਜਾਏ, ਹੋਏਗਾ ਕਿ ਸਭ ਦੇਸ਼ ਪਰਾਇਆ, ਸਭ ਕੁਛ ਇਹਦੇ 'ਚ ਫਿਰ ਪਰਾਇਆਪਨ ਆਏਗਾ। ਅਤੇ ਲੋਕ ਮੌਲਿਕ ਰੂਪ ਦੇ ਵਿੱਚ, ਮਤਲਬ ਜਿਹੜੀ ਅਸੀਂ ਸੈਲਫ ਬੀਟਿੰਗ ਕਰਦੇ ਹਾਂ, ਆਪਣੇ ਆਪ ਨੂੰ ਹੀ ਬੰਦਾ ਲੋਅਰ ਲੈਵਲ 'ਤੇ ਮਹਿਸੂਸ ਕਰਦਾ ਹੈ, ਲੋਅਰ ਲੈਵਲ 'ਤੇ ਲੈ ਕੇ ਆਉਂਦਾ, ਆਪਣੇ ਆਪ ਨੂੰ ਹੀ ਨੁਕਸਾਨ ਕਰਨ ਵਾਸਤੇ। ਸੈਲਫ ਹਾਰਮਿੰਗ ਬਹੁਤ ਜ਼ਿਆਦਾ ਹੈ ਇੱਥੇ। ਇਹ ਕਿੱਥੋਂ ਆ ਰਿਹਾ ਆ? ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ, ਉਹ ਇਸ ਘਰ ਵਿੱਚ ਰਹਿੰਦਾ ਹੋਇਆ ਵੀ ਬੇਗਾਨਿਆਂ ਦੀ ਤਰ੍ਹਾਂ ਇਹਦੇ ਨਾਲ ਵਰਤ ਰਿਹਾ ਹੈ। ਮਹਾਰਾਜ ਬਿਆਨ ਕਰਦੇ, ਜਦੋਂ ਘਰ ਸੰਭਾਲਣ ਦੀ ਜਾਚ ਆ ਗਈ, ਘਰ ਪਰਤ ਆਇਆ ਬੰਦਾ, ਫਿਰ ਆਪਣੇ ਫਿਰ ਕਹੇਗਾ ਨਾ, ਆਪਣੇ ਸੁਭਾਅ ਦੀ ਕੇਅਰ ਕਰੇਗਾ, ਆਪਣੇ ਸੁਭਾਅ ਦੇ ਨਾਲ ਫਿਰ ਇਹ ਸਾਰੇ ਕਾਸੇ ਦੀ ਕੇਅਰ ਕਰੇਗਾ ਜੋ ਕੁਦਰਤ ਨੂੰ ਬਖਸ਼ਿਆ ਹੈ। ਪਰ ਇਹਦੇ ਲਈ ਕਰ ਇਸ਼ਨਾਨ ਗ੍ਰਹਿ ਆਏ, ਆਪਣੇ ਗ੍ਰਹਿ ਦੇ ਵਿੱਚ ਵੀ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਆਉਣਾ। ਇਸ ਤਰ੍ਹਾਂ ਕਹਿ ਲਈਏ ਕਿ ਜੋ ਪ੍ਰਵਿਰਤੀ ਹੈ
ਕਿ ਮਨੁੱਖੀ ਸੁਭਾਅ ਦੇ ਵਿੱਚ ਇਹ ਕਿਤੋਂ ਹੋਰੋਂ ਨਹੀਂ ਆਉਣੀ, ਸਾਡੇ ਥੋਟਸ ਵਿੱਚੋਂ ਰਿਫਲੈਕਟ ਹੋ ਕੇ ਆਉਣੀ ਹੈ। ਗੰਦਗੀ ਆਪਾਂ ਦੇਖੀਏ ਬਾਹਰੋਂ, ਸਪੋਜ਼ ਕਰੋ ਮੈਂ ਕੱਪੜਾ ਸਾਫ਼ ਸੁਥਰਾ ਪਾ ਕੇ ਘਰੋਂ ਤੁਰਿਆ ਵਾਂ, ਬਾਹਰ ਨਿਕਲਿਆ ਵਾਂ, ਕੁਛ ਪੋਲਿਊਸ਼ਨ ਸੀ ਕਾਰਾਂ ਦਾ, ਕੋਈ ਧੂੜ ਧੱਪਾ ਪਿਆ, ਕੱਪੜਾ ਮੈਲਾ ਹੋ ਗਿਆ, ਠੀਕ ਹੈ ਜੀ। ਅੱਛਾ ਬਿਲਕੁਲ ਇਹੋ ਜਿਹੇ ਮੈਂ ਗੱਡੀ ਕਾਰ 'ਚ ਬੈਠਾ ਅਤੇ ਬਿਲਕੁਲ ਇੱਕ ਰੇਸ਼ਾ ਵੀ ਬਾਹਰੋਂ ਨਾ ਆਵੇ ਮੈਲ ਦਾ, ਅਤੇ ਕੱਪੜਾ ਮੈਲਾ ਨਹੀਂ ਹੋਏਗਾ? ਹੋਏਗਾ, ਕਿਉਂ ਨਹੀਂ ਹੋਏਗਾ, ਕਿਵੇਂ ਹੋਏਗਾ? ਕਿਉਂਕਿ ਜਿਹੜੇ ਸਰੀਰ 'ਤੇ ਪਾਇਆ ਉਹਦੇ ਵਿੱਚੋਂ ਮੈਲ ਨਿਕਲੇਗੀ। ਜਿਹੜਾ ਸਾਡੇ ਅੰਦਰ ਸਕੂਲ ਆਫ ਥਾਟ ਆ ਨਾ, ਇਹ ਆਪਣੇ ਆਪ ਮੈਲਾ ਹੁੰਦਾ, ਇਹ ਬਾਹਰੋਂ ਵੀ ਮੈਲਾ ਹੁੰਦਾ, ਬਾਹਰਲਾ ਇਨਫਲੂਐਂਸ ਮੈਲਾ ਕਰਦਾ ਇਸ ਨੂੰ, ਪਰ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਵੀ ਪਏ ਨੇ ਸਾਡੇ ਅੰਦਰ, ਅੰਦਰ ਹੀ ਪਏ ਨੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਾਹ ਸ਼ਾਹ ਕਾਲਾ, ਮਤਲਬ ਥੋੜ੍ਹੀ ਬਹੁਤੀ ਨਹੀਂ, ਇੰਨੀ ਮੈਲ ਪਈ ਹੈ। ਅਤੇ ਲਿਟਰਲੀ ਤੌਰ 'ਤੇ ਕਈ ਵਾਰੀ ਬੜੇ ਇਮਾਨਦਾਰਨਾ ਢੰਗ ਨਾਲ ਲੋਕ ਬਿਆਨ ਕਰਦੇ ਨੇ, ਆਪਣੇ ਹੀ ਕਿਸੇ ਦੋਸਤ ਲਈ ਕੋਈ ਮਦਦ ਕੀਤੀ, ਕੰਮ ਕੀਤਾ, ਦੋਸਤ ਨੇ ਚੰਗਾ ਕਰ ਲਿਆ, ਅਤੇ ਕਈ ਵਾਰੀ ਸਾਨੂੰ ਮਤਲਬ ਕਾਉਂਸਲਿੰਗ ਸੈਸ਼ਨ 'ਚ ਕਈ ਵਾਰੀ ਸੱਜਣ ਕਹਿੰਦੇ, ਕਹਿੰਦੇ ਭਾਈ ਸਾਹਿਬ ਆਪ ਮਦਦ ਕੀਤੀ, ਸਭ ਕੁਛ ਕੀਤਾ, ਬਹੁਤ ਵਧੀਆ ਕਰ ਰਿਹਾ, ਮੇਰਾ ਬੜਾ ਪਿਆਰਾ ਮਿੱਤਰ ਵੀ ਹੈ, ਪਰ ਸਮਹਾਓ ਆਈ ਫੀਲ ਜੈਲਸ ਫਾਰ ਹਿਮ, ਆਈ ਹੈਵ ਨੋ ਕਲੂ, ਅੰਦਰੋਂ ਆ ਰਹੀ ਭਾਈ, ਇਹ ਪੋਸੀਬਿਲਿਟੀ ਹੈ। ਲੋਕੀ ਘਰਾਂ ਦੇ 'ਚ ਛੋਟੇ ਛੋਟੇ ਬੱਚਿਆਂ ਦੇ ਨਾਲ ਆਪਣਾ ਈਗੋ ਅਕਾਊਂਟ ਸੈੱਟ ਕਰ ਰਹੇ ਹੁੰਦੇ ਨੇ, ਮਤਲਬ ਮੈਨੂੰ ਤੂੰ ਇਹ ਗੱਲ ਕਹੀ ਤਾਂ ਕਹੀ ਕਿਵੇਂ, ਭਾਈ ਬੱਚਾ ਆ ਤੇਰਾ, ਵੀ ਤੇਰੇ ਹੀ ਰੂਪ ਆ ਤੇਰੇ, ਪਰ ਕਹਿੰਦੇ ਨਹਾਦੀ ਹੋਏ ਵੀ, ਮਤਲਬ ਇਸ ਚੀਜ਼ ਨੂੰ ਈਗੋਟਿਸਟਿਕ ਵੇ ਨਾਲ ਲੈ ਕੇ ਲੜਦੇ ਝਗੜਦੇ। ਹਸਬੈਂਡ ਵਾਈਫ ਦਾ ਤੁਸੀਂ ਮੁਸਲਸਲ ਦੇਖੋ ਕੀ ਹੈਗਾ, ਮਤਲਬ ਕੀ ਹੁਣ ਦੋ ਰੂਪ ਅਤੇ ਇੱਕ ਸੋਚ, ਦੋ ਸਰੀਰ ਪਰ ਇੱਕ ਮੰਜ਼ਿਲ, ਉਹ ਇੱਕ ਨੂੰ ਕੋਈ ਕ੍ਰੈਡਿਟ ਮਿਲਿਆ ਵੀ ਮੰਜ਼ਿਲ 'ਤੇ ਪਹੁੰਚੋ, ਦੂਜਾ ਕਹਿੰਦਾ ਕਿ ਇਹ ਕਿਵੇਂ ਮਿਲ, ਇਹ ਕਿਵੇਂ ਲੈ ਸਕਦਾ ਹੈ, ਪਰ ਆਹ ਕਿੱਥੋਂ ਰਿਹਾ ਆ, ਅੰਦਰੋਂ ਮੈਲ ਪਈ ਆ ਅੰਦਰ। ਕਰ ਇਸ਼ਨਾਨ ਗ੍ਰਹਿ ਆਏ, ਜੇ ਇਸ਼ਨਾਨ ਕਰਕੇ ਗ੍ਰਹਿ ਦੇ ਵਿੱਚ ਥੋਟਸ ਆਉਣਗੇ, ਰਾਵਾਂ ਆਉਣਗੀਆਂ, ਵਿਚਾਰਾਂ ਆਉਣਗੀਆਂ, ਹਰ ਵਿਚਾਰ ਨੂੰ ਸ਼ਬਦ ਦੇ ਬਾਣੀ ਦੇ ਆਗੋਸ਼ ਧੋਵੋ, ਸਾਫ਼ ਹੋ ਜਾਏਗਾ। ਜਿਵੇਂ ਪਾਣੀ 'ਚ ਕੱਪੜੇ ਧੋਈ ਦੇ ਨੇ, ਸਰੀਰ ਧੋਈ ਦੇ ਨਾ, ਐਵੇਂ ਬਾਣੀ 'ਚ ਆਪਣੇ ਵਿਚਾਰਾਂ ਨੂੰ ਖਿਆਲਾਂ ਨੂੰ ਧੋਵੋ, ਉਹਦੇ ਨਾਲ ਮੈਚ ਕਰਕੇ ਦੇਖੋ, ਇਜ਼ ਇਟ ਰਾਈਟ, ਕੀ ਮੈਂ ਸਹੀ ਸੋਚ ਰਿਹਾ, ਕੀ ਇਹ ਠੀਕ ਆ, ਇਹ ਬੰਦਗੀ ਹੈ, ਇਹ ਭਗਤੀ ਹੈ। ਮਹਾਰਾਜ ਕਹਿੰਦੇ ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁੱਖ ਪਾਏ, ਆਨੰਦ ਮੰਗਲ ਸੁੱਖ ਪਾਏ, ਆਪ ਮੁਹਾਰੇ, ਜਿਹੜਾ ਸੁੱਖ ਦਾ ਮੁਹਾਜ ਆ, ਆਨੰਦ ਮੰਗਲ ਦਾ ਮੁਹਾਜ ਆ, ਇਹ ਬਣਦਾ ਲਗਾ ਜਾਏਗਾ। ਵੈਸੇ ਬੰਦਾ ਆਨੰਦ ਸੁੱਖ ਇਹ ਲੱਭ ਰਿਹਾ, ਗਾਹਕ ਇਹਦਾ ਮਿਲਦਾ ਨਹੀਂ, ਤੰਗ ਹੁੰਦਾ ਅਤੇ ਸੋਚਦਾ ਪਤਾ ਨਹੀਂ ਕਿੱਥੋਂ ਮਿਲੇਗਾ। ਬਾਬਾ ਜੀ ਕਹਿੰਦੇ ਇਹੀ ਤਰੀਕੇ ਕਰਦਾ ਹੈ। ਅਗਲਾ ਬਚਨ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾ ਕੀ ਪਾਏ। ਇਹ ਸੰਤ ਕਾ ਮਾਰਗ ਆ, ਧਰਮ ਦੀਆਂ ਪੌੜੀਆਂ ਨੇ, ਪਰ ਕੋਵਿਡ ਪਾ ਕੀ ਪਾਏ, ਕੋਈ ਵਿਰਲਾ ਹੈ ਜਿਹੜਾ ਇਸ ਚੀਜ਼ ਨੂੰ ਪਾਉਂਦਾ ਆ। ਬਾਬਾ ਜੀ ਜਿਹੜੀ ਧਰਮ ਕੀ ਪੌੜੀ ਵੀ ਕਿਹਾ ਨਾ, ਪੌੜੀ ਐਕਚੁਅਲੀ ਜਿਹਨੇ ਨਾ ਇੱਕ ਸਟੈਪ ਉੱਪਰ ਉੱਠਣਾ, ਇੱਕ ਸਟੈਪ ਉੱਪਰ ਉੱਠਣਾ, ਧਰਮ ਦਾ ਮਾਇਨਾ ਹੀ ਇਹ ਬਣਦਾ ਆ। ਇਹ ਡਿਸਿਪਲਨਰੀ ਮੈਜਰਸ ਨੇ ਹਰ ਚੜ੍ਹਦੇ ਦਿਨ ਵਾਲੇ ਸਾਨੂੰ ਲੈਣੇ ਪੈਂਦੇ ਨੇ। ਜੇ ਅਸੀਂ ਨਹੀਂ ਲਵਾਂਗੇ, ਅਲਟੀਮੇਟਲੀ ਪੌੜੀ ਦੀ ਇੱਕੋ ਹੀ ਖਾਸੀਅਤ ਆ ਕਿ ਪੌੜੀ 'ਤੇ ਬੰਦਾ ਚੜ੍ਹਦਾ ਜਾਂਦਾ ਹੈ, ਜਿੱਥੇ ਪੈਰ ਫਿਸਲ ਜੇ ਉੱਥੇ ਫਿਰ ਪੌੜੀ 'ਤੇ ਪੈਰ ਫਿਸਲਣ ਨਾਲ ਉੱਥੇ ਨਹੀਂ ਰਹਿੰਦਾ, ਬਿਲਕੁਲ ਜਿੱਥੋਂ ਸ਼ੁਰੂਆਤ ਹੋਈ ਹੁੰਦੀ ਕਈ ਵਾਰੀ ਉੱਥੇ ਆ ਕੇ ਡਿੱਗਦਾ ਦੁਬਾਰਾ। ਫਿਰ ਧਰਮ ਦਾ ਮਾਇਨਾ ਇਹੀ ਹੈ, ਇੱਥੇ ਹਰ ਰੋਜ਼ ਹਰ ਪਲ ਆਪਣੇ ਆਪ ਨੂੰ ਦਰੁਸਤ ਕਰਨਾ,
ਪਰ ਹਾਂ ਵੱਡੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਇਸ ਸੰਤ ਦੇ ਮਾਰਗ ਨੂੰ, ਇਸ ਰਾਹ ਨੂੰ ਅਡੋਪਟ ਕਰਦੇ ਨੇ। ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿਤ ਲਾਏ, ਕਰੋੜਾਂ ਜਨਮਾਂ ਦੇ ਕਿਲ ਵਿਖ। ਕਿਲ ਵਿਖ ਵੈਸੇ ਪਾਪਾਂ ਨੂੰ ਵੀ ਕਿਹਾ ਗਿਆ, ਪਰ ਸ਼ਬਦ ਕੋਸ਼ ਨੂੰ ਜੋ ਧਿਆਨ ਨਾਲ ਦੇਖੀਏ ਤਾਂ ਪਾਪ ਦਾ ਬੀਜ, ਸੀਡਸ, ਸੀਡਸ ਕਰੋੜਾਂ ਜਨਮਾਂ ਦੇ ਪਏ ਨੇ। ਮਤਲਬ ਬੰਦੇ ਦੇ ਅੰਦਰ ਹਰ ਤਰ੍ਹਾਂ ਦਾ ਹੈਵਾਨ, ਸ਼ੈਤਾਨ, ਸਭ ਕੁਛ ਹੀ ਪਿਆ ਹੈ। ਇਨਵਾਇਰਮੈਂਟ ਪ੍ਰੋਵਾਈਡ ਕਰੋ, ਉਹੀ ਬੰਦਾ ਜਿਹੜਾ ਬੜਾ ਸਹੀ ਲੱਗਦਾ ਸੀਗਾ ਬਿਲਕੁਲ ਭੂਤ ਲੱਗਣ ਲੱਗ ਜਾਏਗਾ, ਕਿਉਂਕਿ ਅੰਦਰ ਹੀ ਪਿਆ ਸਾਰਾ ਕੁਛ। ਇਸੇ ਕਿਹਾ ਉਠਤ ਬੈਠਤ ਹਰ ਹਰ ਧਿਆਈ ਹੈ, ਉਠਤ ਬੈਠਤ ਹੀ ਬਦਲ ਲੈ, ਇਨਵਾਇਰਮੈਂਟ ਹੀ ਐਵੇਂ ਦਾ ਹੋ ਜਾਏ ਕਿ ਜਿਹੜੀ ਚੀਜ਼, ਸਪੋਜ਼ ਆਪਾਂ ਕੈਨੇਡਾ 'ਚ ਬੈਠੇ ਹਾਂ, ਇੱਥੇ ਉਹ ਸਮਰ ਆਉਂਦੀ ਹੈ, ਇੱਥੇ ਫਸਲਾਂ ਉੱਗਦੀਆਂ ਨੇ, ਇੱਥੇ ਫਲ ਫਰੂਟ ਲੱਗਦੇ ਨੇ, ਕਿੰਨਾ ਕੁਛ ਲੱਗਦਾ, ਪਰ ਕਮਾਲ ਇਹ ਹੈ ਡੈਂਡਲਿਨ ਵੀ ਉੱਗਦੀ ਹੈ, ਬੇਤਹਾਸ਼ਾ ਇਹੋ ਜਿਹਾ ਜਿਹੜਾ ਖੱਬਲ ਹੈ ਉਹ ਵੀ ਸਾਰਾ ਉੱਗਦਾ ਇੱਥੇ ਉਸ ਰੂਪ ਦੇ ਵਿੱਚ। ਬੰਦਾ ਕਹਿੰਦਾ ਮੈਂ ਖੱਬਲ ਨਹੀਂ ਪੈਦਾ ਕਰਨਾ, ਮੈਂ ਭਾਈ ਉਹਦੇ ਲਈ ਇੱਕੋ ਤਰੀਕਾ ਆ, ਜੇ ਤੂੰ ਤੈਨੂੰ ਲੱਗਦਾ ਵੀ ਤੇਰੀ ਸੁਰਤ ਜਿਹੀ ਸਭ ਕੁਝ ਹੈ, ਉਹਨੂੰ ਇਨਵਾਇਰਮੈਂਟ ਹੀ ਨਾ ਦੇ, ਉਹਨੂੰ ਉਹੋ ਜਿਹਾ ਮਾਹੌਲ ਹੀ ਨਾ ਦੇ ਜਿਹ 'ਚ ਇਹ ਚੀਜ਼ ਪੈਦਾ ਹੋ ਸਕੇ। ਸਾਹਿਬ ਕਹਿੰਦੇ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿਤ, ਜਦੋਂ ਹਰੀ ਦੇ ਚਰਨਾਂ 'ਚ ਚਿੱਤ ਲੱਗ ਗਿਆ, ਇਹ ਜਨਮਾਂ ਜਨਮਾਂਤਰਾਂ ਦੇ ਕਿਲ ਵਿਖ ਆਪਣੇ ਆਪ ਇਹਨਾਂ ਦਾ ਪ੍ਰਭਾਵ ਖਤਮ ਹੋ ਗਿਆ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ, ਕਲ ਰਾਖੀ।